फिलहाल मैं खान भाई को खान भाई की हाल चाल ने इंग्लैंड मतलब कितने भी थोड़ी गड्डी चाहिए तो बाई इतों शिफ्ट भी कर देंगे ने अच्छा हाँ टेक्नोलॉजी कहते वह भी होगी तो खान भाई फिर आप करिए शुरू हाँ जी तो नाले आप दस दें उन्होंने विद प्राइस कितना टाइम लगना सारी डिटेल देवे तो बाकी बाई तुम फॉलो भी कर सकते हो बाई इंस्टाग्राम से यूट्यूब से बाई का आपका भी चैनल है तो आपके भी इंस्टाग्राम से स्टोरियां पाते रहेंगे ने आओ आप चलते हैं धुप वैसे बहुत ज़्यादा रंग साढ़े लिश्करे होने तो आ जाओ फिर गल तो दोस्तों इस टाइम हम जब मैं मेरे पिछे तुम देख सकते हो कि साढ़े को विलीज़ खड़िया ने थोनू ओरिजिनल विली तो ला के मॉडिफाइड विली तक मैं दिखाऊंगा भी किवें दी हुंदियां ने किहड़ा टाइप की विली तुम तैयार करा सकते हो तो खान भाई सारों पहले तो आप गल की जाए मैंने एक चीज़ ये क्लीयर करो ओरिजिनल तो मैंने भी चलो पता मैं लाइन हूँ बहुत पुराना भी नहीं मिलदियाँ किसी कीमत नहीं मिलदियाँ तो फिर आप तैयार ही सारी तैयार होंगी है की होंगे सारी चीज भी तैयार करते हैं ठीक है कस्टमर की चॉइस के उपर भी आपको ओरिजिनल लुक चाहिए है ना ठीक है आप मॉडिफाई करते हैं तो यह फिर मतलब चैसी वगैरह की कहड़ी होंगी है मतलब विली की ही मिल जाती है आप 550 की होंगे 550 होंगी जो पुरानी आप 540 ला लो अच्छा हाँ जी वो हो जाती है तो बाई का वैसे बोर्ड तुम देख सकते हो प्रॉपर लग्या हुआ इतने भी नंबर वगैरह लिखे सारे तो मेन हाईवे से ही है बाई वैसे अवेलेबल ये वैसे आप जलंधर हाईवे मोगा कह दें बरनाला बाईपास अमृतसर रोड है वह कह दें ठीक है तो बई आप जो ये तो शुरू करिए सारों पहला यह बाइक को हैगी बॉ प्रॉपर ओरिजिनल शेप के विली है ठीक है जिन्होंने आप कह सकते हैं तो बहुत ही प्यार तैयार की गई होंगे ने प्यार मैं तो क्या कि हरेक बंद की ख्वाहिश होंगी है कि मैं पुरानी विंटेज विली रखा अपने को उही बंदे यदि अप्रोच करते हैं तो हूँ जिदा इनू तुम देख सकते हो खान भाई ये फिर की खास है अपने को अज ਜਿਵੇਂ ਆਪਣਾ ਪਹਿਲਾਂ ਵੀ ਆਪਾਂ ਵਲੌਗ ਦੇ ਵਿੱਚ ਦਿਖਾਈਆਂ ਹਨਾ ਵੀ ਓਰੀਜਨਲ ਵਿੱਲੀ ਇਹ ਵੀ ਆਪਾਂ ਉਸੇ ਤਰੀਕੇ ਨਾਲ ਤਿਆਰ ਕੀਤੀ ਆ ਸਪੈਸ਼ਲੀ ਜੋ ਆਪਣੀਆਂ ਗੱਡੀਆਂ ਆਸਟ੍ਰੇਲੀਆ ਆਪਾਂ ਇੰਪੋਰਟ ਕਰ ਰਹੇ ਹਾਂ ਅਤੇ ਆਸਟ੍ਰੇਲੀਆ ਦੇ ਬਹੁਤ ਫੋਨ ਆਉਂਦੇ ਆ ਵੀ ਆਸਟ੍ਰੇਲੀਆ ਗੱਡੀ ਜਾਊ ਜਾਂ ਨਾ ਜਾਊਗੀ ਅਤੇ ਆਸਟ੍ਰੇਲੀਆ ਗੱਡੀ ਸ਼ਿਪ ਵੀ ਹੋ ਜਾਂਦੀ ਆ ਨੰਬਰ ਵਗੈਰਾ ਸਾਰੇ ਲੱਗਦੇ ਆ ਗੱਲ ਕੀਤੀ ਜਾਵੇ ਇਹ ਓਰੀਜਨਲ ਸ਼ੇਪ ਦੇ ਵਿੱਚ ਵੈਸੇ ਤਾਂ ਸਾਰੀਆਂ ਓਰੀਜਨਲ ਸ਼ੇਪਸ ਦੇ ਵਿੱਚ ਹੀ ਆ ਪਰ ਕਿਸੇ ਨੇ ਆਪਣੇ ਆਪਣੇ ਹਿਸਾਬ ਨਾਲ ਮੋਡੀਫਾਈ ਕਰਾਈ ਹੈ ਖਾਨ ਬਾਈ ਰੈਡੀ ਸਟਾਕ ਮਿਲਦੀਆਂ ਆਪਣੇ ਕੋਲੇ ਹਾਂਜੀ ਰੈਡੀ ਸਟਾਕ ਚ ਰੈਡੀ ਸਟਾਕ ਵੀ ਅਵੇਲੇਬਲ ਨਹੀਂ ਹੁੰਦਾ ਹੈਗਾ ਇਹ ਓਨਲੀ ਆਰਡਰ ਬੇਸਿਸ ਤੇ ਆਪਾਂ ਤਿਆਰ ਕਰਦੇ ਹਾਂ ਠੀਕ ਹੈ ਆਰਡਰ ਬੇਸਿਸ ਤੇ ਹੁੰਦਾ ਤੇ ਬਾਈ ਪਹਿਲਾਂ ਗੱਲ ਕੀਤੀ ਜਾਵੇ ਇੱਥੋਂ ਆਪਾਂ ਗੱਲ ਕਰੀਏ ਤੇ ਇਹ ਵੇਖ ਸਕਦੇ ਹੋ ਤੁਸੀਂ ਪ੍ਰੋਪਰ ਓਰੀਜਨਲ ਲੁੱਕ ਦੇ ਵਿੱਚ ਹੈ ਜਿਹਦੇ ਵਿੱਚ ਕਿ ਕੁਝ ਚੇਂਜ ਨਹੀਂ ਕੀਤਾ ਇਹਨਾਂ ਨੇ ਫਰੰਟ ਜਿਹੜਾ ਇਹਦਾ ਬਿਲਕੁਲ ਓਰੀਜਨਲ ਰੱਖਿਆ ਗਿਆ ਠੀਕ ਹੈ ਇਹਦੇ ਨਾਲ ਇੱਕ ਰੂਫ ਜਿਹੜੀ ਹੈ ਉਹ ਲਵੇਟੀ ਗਈ ਹੈ ਇਹ ਲਾਈਟਸ ਜ਼ਰੂਰ ਕਸਟਮ ਕੀਤੀਆਂ ਹੋਈਆਂ ਨੇ ਲਾਈਕ ਇਹਨੂੰ ਰਿੰਗ ਵਾਲੀਆਂ ਲਾਈਟ ਤੁਸੀਂ ਕਹਿ ਸਕਦੇ ਹੋ ਰੂਫਸ ਦੇ ਹਾਰਨ ਵਿੱਚ ਬਾਈ ਹੁਣ ਲਾ ਤੜੇ ਕਿ ਪਹਿਲਾਂ ਨਹੀਂ ਆਉਂਦੇ ਸੀ ਬਾਕੀ ਇਹਦੇ ਲਾਈਟਸ ਜਿਹੜੀਆਂ ਨੇ ਬਾਈ ਇਹ ਵੀ ਓਰੀਜਨਲ ਯੂਜ਼ ਕੀਤੀਆਂ ਗਈਆਂ ਨੇ ਜਿੱਦਾਂ ਗੋਲ ਲਾਈਟ ਓਰੀਜਨਲ ਪਹਿਲੀ ਚ ਆਉਂਦੀ ਹੁੰਦੀ ਸੀ ਉਹ ਸੀ ਇਹ ਪਾਰਕਿੰਗ ਲਾਈਟ ਇਹਨੂੰ ਆਪਾਂ ਕਹਿ ਸਕਦੇ ਹਾਂ ਤੇ ਇਹਦਾ ਬੰਪਰ ਵਗੈਰਾ ਵੀ ਬਾਈ ਹੁਣਾਂ ਨੇ ਓਰੀਜਨਲ ਲੁੱਕ 'ਚ ਹੀ ਰੱਖਿਆ ਤੇ ਨਾਲ ਇਹ ਲਾਈਟਸ ਨੇ ਜਿਹੜੀਆਂ ਕਿ ਆਰਮੀ 'ਚ ਯੂਜ਼ ਹੁੰਦੀਆਂ ਸੀ ਵੀ ਇਹ ਥੱਲੇ ਲਾਈਟ ਪੈਂਦੀ ਸੀ ਕਿ ਜੋ ਕੱਲ ਨੂੰ ਲੜਾਈ ਲੱਗਦੀ ਸੀ ਜਾਂ ਕੁਝ ਵੀ ਸੀ ਉਸ ਟਾਈਮ ਇਹ ਲਾਈਟਾਂ ਕੰਮ ਆਉਂਦੀਆਂ ਸੀ ਉਦੋਂ ਵੱਡੀਆਂ ਲਾਈਟਾਂ ਨਹੀਂ ਜਗਾ ਸਕਦੇ ਹੁੰਦੇ ਸੀ ਆਪਾਂ ਠੀਕ ਹੈ ਤੇ ਖਾਨ ਬਾਈ ਇਹਨੂੰ ਆਪਾਂ ਮੈਟ ਕਲਰ ਕੀਤਾ ਹੋਇਆ ਹੈ ਨਾ ਹਾਂਜੀ ਹਾਂਜੀ ਵੀਰੇ ਮੈਟ ਫਿਨਿਸ਼ਿੰਗ ਕਲਰ ਕਰਦੇ ਤੇ ਇਹਨੂੰ ਆਪਾਂ ਕੀ ਕਹਿ ਦਿੰਦੇ ਵੈਸੇ ਕਲਰ ਨੂੰ ਗ੍ਰੀਨ ਕਹਿ ਦਿੰਦੇ ਮਿਲਟਰੀ ਮੈਟ ਮਿਲਟਰੀ ਮੈਟ ਕਹਿ ਦਿੰਦੇ ਮਤਲਬ ਵੈਸੇ ਆਪਾਂ ਕਲਰ ਜੇ ਕਿਸੇ ਨੇ ਕੋਈ ਵੀ ਆਪਣੀ ਮਰਜ਼ੀ ਦਾ ਕਰਾਉਣਾ ਕਰਾ ਸਕਦਾ ਹਾਂ ਇਹਦੇ ਚ ਕਾਫੀ ਕਲਰ ਆਉਂਦੇ ਆ ਵੀਰੇ ਆਪਾਂ ਜਿਵੇਂ ਇਹ ਦੇਖੋਗੇ ਤੁਸੀਂ ਇਹਦਾ ਥੋੜਾ ਜਿਹਾ ਅਲੱਗ ਆ ਉਸ ਗੱਡੀ ਦਾ ਅਲੱਗ ਆ ਫਰਕ ਹੈ ਵੀ ਤੁਹਾਡੀ ਚੁਆਇਸ ਦੇ ਉੱਪਰ ਹੋ ਜਾਊਗਾ ਓਕੇ ਠੀਕ ਹੈ ਤੇ ਬਾਕੀ ਬਈ ਇਹ ਪਾਵਰ ਸਟੀਅਰਿੰਗ ਪਾਵਰ ਬ੍ਰੇਕਸ ਇਹਦੇ ਵਿੱਚ ਹੁੰਦੀਆਂ ਨੇ ਤੇ ਇਹਨੂੰ ਟਾਇਰ ਜਿਹੜੇ MRF ਦੇ ਆਉਂਦੇ ਨੇ ਉਹੀ ਇਹਨੂੰ ਟਾਇਰ ਯੂਜ਼ ਕੀਤੇ ਗਏ ਨੇ ਖਾਨ ਬਈ ਇਹ ਕਿਹੜਾ ਨੰਬਰ ਟਾਇਰ ਹੁੰਦਾ ਵੈਸੇ ਇਹ ਓਰੀਜਨਲੀ ਆਉਂਦਾ ਵੀਰੇ 616 ਕਹਿ ਦਿੰਦੇ ਆਪਾਂ ਅੱਛਾ 616 ਕਹਿ ਦਿੰਦੇ ਆ ਠੀਕ ਹੈ ਰਿਮਾਂ ਦੇ ਥੋੜੇ ਬੋਤੇ ਬਈ ਡਿਜ਼ਾਈਨ ਚੇਂਜ ਹੋ ਜਾਂਦੇ ਆ ਤੇ ਅੰਦਰੋਂ ਤੁਸੀਂ ਜਿਹੜੀ ਮੇਨ ਚੀਜ਼ ਤੁਹਾਨੂੰ ਦਿਖਾਉਣਾ ਹੈ ਇਹ ਇੱਕ ਨਵੀਂ ਚੀਜ਼ ਜਿਹੜੀ ਹੈ ਕਿ ਲਾਈਕ ਵੈਸੇ ਕਾਫੀ ਟਾਈਮ ਤੋਂ ਚੱਲ ਰਹੀ ਹੈ ਰੈਪਟਰ ਕੋਟਿੰਗ ਇਹਨੂੰ ਆਪਾਂ ਕਹਿੰਦੇ ਆ ਠੀਕ ਹੈ ਇਹਦਾ ਫਾਇਦਾ ਕੀ ਹੁੰਦਾ ਕਿ ਤੁਹਾਡੀ ਗੱਡੀ ਥੱਲੇ ਜੰਗ ਨਹੀਂ ਲੱਗਦਾ ਮੰਨ ਲਓ ਜਿੱਦਾਂ ਮੰਨ ਲਓ ਕਿ ਇਹਦੀ ਬੰਬੇ ਚੱਲਣੀ ਹੈ ਜਾਂ ਬਾਹਰ ਸਨੋਅ 'ਚ ਚੱਲਣੀ ਹੈ ਤੇ ਇਹ ਰੈਪਟਰ ਕੋਟਿੰਗ ਉਹਨਾਂ ਲੋਕਾਂ ਨੂੰ ਪਤਾ ਹੈ ਵੀ ਕਿੰਨੀ ਹੈਲਪਫੁਲ ਹੁੰਦੀ ਹੈ ਕਿ ਇਹ ਗੱਡੀ ਦੀ ਚੈਸੀ ਨੂੰ ਗਲਣ ਨਹੀਂ ਦਿੰਦੀ ਠੀਕ ਹੈ ਥੋੜੀ ਕੀਤਿਆਂ ਇਸ ਕਰਕੇ ਲੋਕੀ ਵੈਸੇ ਬਾਹਰ ਵੀ ਕਰਾਉਣ ਲੱਗ ਗਏ ਸੀ ਪਰ ਇਹ ਅੰਦਰ ਵੀ ਹੋ ਜਾਂਦੀ ਹੈ ਮੇਨ ਲੋਕੀ ਥੱਲੇ ਹੀ ਕਰਾਉਂਦੇ ਖਾਨ ਭਾਈ ਇਦਾਂ ਹੀ ਹੈ ਹਾਂਜੀ 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 ਤੇ ਹੁਣ ਬਾਈ ਗੱਲ ਕੀਤੀ ਜਾਵੇ ਸਾਈਡ ਲੁੱਕ ਦੀ
ਇਹਦੀ ਸਾਈਡ ਲੁੱਕ ਆ ਜਾਂਦੀ ਹੈ ਸਾਰੀ ਸਾਰੀ। ਇਹ ਅਸੀਂ ਓਪਨ ਕੀਤੀ ਹੋਈ ਹੈ, ਵੈਸੇ ਜਿੱਦਾਂ ਉਹ ਹੁੱਡ ਬੰਦ ਵਾਲੀ ਹੈ ਉਹ ਉਹ ਉੱਦਾਂ ਵੀ ਹੁੰਦੀ ਹੈ, ਤਾਂ ਜਸਟ ਅਸੀਂ ਓਪਨ ਕਰਤੀ ਤੁਹਾਨੂੰ ਦਿਖਾਉਣ ਵਾਸਤੇ ਕਿ ਇਹਨੂੰ ਲੰਡੀ ਜੀਪ ਵੀ ਆਪਾਂ ਕਹਿੰਦੇ ਹਾਂ ਵੈਸੇ ਮੋਸਟਲੀ, ਅਤੇ ਵੈਸੇ ਇਹਨੂੰ ਵਿਲੀਜ਼ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ। ਅਤੇ ਇਹ ਬਾਈ ਸਾਰੀਆਂ ਰਾਈਟ ਹੈਂਡ ਡਰਾਈਵ ਵੀ ਆ ਸਾਡੇ ਕੋਲ, ਵੈਸੇ ਡਿਮਾਂਡ 'ਤੇ ਲੈਫਟ ਹੈਂਡ ਡਰਾਈਵ ਵੀ ਬਣ ਜਾਂਦੀਆਂ। ਲੈਫਟ ਹੈਂਡ ਡਰਾਈਵ ਆਪਣੀ ਰੈਡੀ ਹੋਈ ਜਾਂਦੇ, ਆਪਾਂ ਉਹ ਵੀ ਦਿਖਾ ਦਿੰਦੇ ਹਾਂ। ਉਹ ਵੀ ਦਿਖਾ ਦਿੰਦੇ ਹਾਂ, ਠੀਕ ਹੈ। ਪੈਟਰੋਲ ਦੇ ਵਿੱਚ ਆਪਾਂ 4x4 ਰੈਡੀ ਕਰ ਰਹੇ ਹਾਂ, ਉੱਤੇ ਉਹ ਕੈਨੇਡਾ ਸ਼ਿਫਟ ਹੋਣੇ ਆ। ਇੱਕ ਬਾਈ ਇਹਨਾਂ ਤੋਂ ਬਾਹਰ ਮੈਂ ਤੁਹਾਨੂੰ ਵਿਲੀ ਦਿਖਾਊਂਗਾ, ਜਿਹੜੀ ਕਿ ਸਪੈਸ਼ਲ ਤਿਆਰ ਹੋਈ ਹੋਈ ਆ, ਤੁਹਾਨੂੰ ਅਸੀਂ ਲਾਸਟ 'ਚ ਦਿਖਾਵਾਂਗੇ, ਉਹ ਤੁਹਾਨੂੰ ਬਾਅਦ ਦਿਖਾਉਂਦੇ ਹਾਂ। ਪਰ ਪਹਿਲਾਂ ਤੁਸੀਂ ਇਹ ਦੇਖੋ, ਇਹਦਾ ਜਿਹੜਾ ਇੰਟੀਰੀਅਰ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ੍ਹ ਬਹੁਤ ਲਗਜ਼ਰੀ ਇੰਟੀਰੀਅਰ ਬਣਨ ਲੱਗ ਗਿਆ, ਕਿੱਦਾਂ ਇਹਦੀ ਮੈਟਰਿੰਗ ਸਾਰੀ ਬਾਈ ਉਹਨਾਂ ਨੇ ਮੈਟਿੰਗ ਕਰਤੀ, ਠੀਕ ਹੈ। ਇਹ ਤੁਸੀਂ ਕਿਸੇ ਕਲਰ ਦੀ ਵੀ ਕਰਵਾ ਸਕਦੇ ਹੋ। ਸੀਟਸ ਜਿਹੜੀਆਂ ਨੇ ਇਹ ਬਾਈ ਉਹਨਾਂ ਨੇ ਓਰੀਜਨਲ ਵਾਲੀਆਂ ਹੀ ਯੂਜ਼ ਕੀਤੀਆਂ ਨੇ, ਤਾਂ ਓਰੀਜਨਲ ਲੁੱਕ ਦੇ ਵਿੱਚ ਹੁੰਦੀਆਂ ਨੇ, ਠੀਕ ਹੈ। ਯੂ ਐਸ ਆਰਮੀ ਦੇ ਜਿਹੜੇ ਉੱਤੇ ਮਿਲਟਰੀ ਦੇ ਜਿਹੜੇ ਤੁਸੀਂ ਉਹ ਲੋਗੋ ਵੀ ਲਵਾ ਸਕਦੇ ਹੋ, ਵੈਸੇ ਬਾਈ ਉਹਨਾਂ ਨੇ ਵਿਲੀਸ ਲਿਖਤਾ, ਠੀਕ ਹੈ। ਕੁਛ ਵੀ ਤੁਸੀਂ ਚਾਹੋ ਲਿਖ ਸਕਦੇ ਹੋ। ਓਰੀਜਨਲ ਇਹਦੇ ਵਿੱਚ ਸਟੇਅਰਿੰਗ ਯੂਜ਼ ਹੋਇਆ, ਠੀਕ ਹੈ, ਜਿਹੜਾ ਕਿ ਓਰੀਜਨਲ ਲੁੱਕ ਦੇ ਵਿੱਚ ਹੁੰਦਾ, ਠੀਕ ਹੈ। ਅੰਦਰੋਂ ਤੁਸੀਂ ਇਹਦਾ ਇੰਟੀਰੀਅਰ ਦੇਖ ਸਕਦੇ ਹੋ ਕਿ ਜਿਹੜੇ ਮੀਟਰਸ ਵਗੈਰਾ ਨੇ ਉਹ ਵੀ ਮਹਿੰਦਰਾ ਦੇ ਹੀ ਲੱਗੇ ਹੋਏ ਨੇ। ਅਤੇ ਬਾਕੀ ਇਹ 2 wheel ਹੈ, ਠੀਕ ਹੈ। ਸਾਡੇ ਕੋਲ 4 wheel ਵੀ ਅੱਜ ਤਿਆਰ ਹੋਈਆਂ ਹੈਗੀਆਂ, ਤੁਹਾਨੂੰ ਦਿਖਾ ਦਾਂਗੇ ਅਸੀਂ। ਅਤੇ 5 gear ਅਤੇ 6ਵਾਂ ਇਹਦਾ ਬੈਕ ਹੁੰਦਾ, ਠੀਕ ਹੈ। ਹੈਂਡ ਬ੍ਰੇਕ ਵਗੈਰਾ, ਗਨ ਸਟੈਂਡ ਤੁਹਾਨੂੰ ਇਹਦੇ ਵਿੱਚ ਮਿਲ ਜਾਂਦਾ। ਸ਼ੀਸ਼ਾ ਇਹਦਾ ਫੋਲਡੇਬਲ ਹੀ ਹੁੰਦਾ, ਸ਼ੀਸ਼ਾ ਵੀ ਇੱਥੋਂ ਆਹ ਲੌਕ ਹੁੰਦੇ ਇਹਦੇ, ਠੀਕ ਹੈ। ਇਹਨੂੰ ਆਪਾਂ ਓਪਨ ਕਰਕੇ ਤੇ ਸ਼ੀਸ਼ਾ ਰੱਖਿਆ ਵੀ ਜਾਂਦਾ, ਇਹ ਕਹਿੰਦੇ ਤਾਂ ਆਪਾਂ ਰੱਖ ਕੇ ਦਿਖਾਈ ਦਿੰਦੇ। ਚਲੋ ਕੋਈ ਨਹੀਂ, ਵੈਸੇ ਆਪਾਂ ਬਾਅਦ 'ਚ ਉਹ ਚੀਜ਼ ਦੇਖ ਸਕਦੇ, ਕਿਉਂਕਿ ਸਾਡੇ ਕੋਲ ਅੱਜ ਵੀਡੀਓ ਲੰਬੀ ਹੋ ਜਾਣੀ ਹੈ, ਕਿਉਂਕਿ ਬਹੁਤ ਗੱਡੀਆਂ ਨੇ। ਅਤੇ ਬਾਈ ਪਿੱਛੋਂ ਆਪਾਂ ਦੇਖ ਸਕਦੇ ਹਾਂ, ਪਿੱਛੋਂ ਆਪਣੀ ਇਹ ਲੁੱਕ ਆਉਂਦੀ ਹੈ ਸਾਰੀ ਸਾਰੀ ਵਿੱਲੀ ਦੀ, ਠੀਕ ਹੈ। ਇਹਦੇ ਵਿੱਚ ਹੁੱਕ ਦਿੱਤੀ ਹੋਈ ਹੈ, ਬਾਲ ਹੁੱਕ ਦਿੱਤੀ ਹੋਈ ਹੈ, ਜ਼ੈਰੀ ਕੈਨ। ਇੱਕ ਇਹ ਸਪੈਸ਼ਲ ਐਂਟੀਨਾ ਹੁੰਦਾ, ਇਹ ਦੇਸੀ ਨਹੀਂ ਹੁੰਦਾ, ਇਹ ਆਰਮੀ 'ਚ ਹੀ ਮਿਲਦਾ ਸੀ ਮੇਰੇ ਸਾਨੂੰ, ਉਹੀ ਹੈ ਨਾ ਸਪੈਸ਼ਲ ਵਾਲਾ, ਓਰੀਜਨਲ ਵਾਲਾ ਹੈ ਨਾ। ਅਤੇ ਇਸ ਕਰਕੇ ਉਹ ਫਰਕ ਹੈ, ਪਿੱਛੇ ਦੇ ਲਾਈਟਸ ਜਿਹੜੀਆਂ ਨੇ ਬੈਕ ਲਾਈਟਸ ਵਗੈਰਾ ਓਰੀਜਨਲ ਹੀ ਯੂਜ਼ ਕੀਤੀਆਂ ਗਈਆਂ ਨੇ, ਕਿਉਂਕਿ ਓਰੀਜਨਲ ਹੀ ਲੱਗਦੀ ਹੈ, ਖੜੀ ਹੋਊਗੀ, ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਤਿਆਰ ਕਰਵਾਈਏ ਕਿ ਜਾਂ ਕਿੱਦਾਂ, ਇਹ ਚੀਜ਼ ਹੈ। ਅਤੇ ਇਹਦਾ ਪਿੱਛੇ ਲੋਈ ਦਿੱਤਾ ਹੋਇਆ ਕਿ ਨਾਲ ਵਿਦ ਟਾਇਰ ਦਿੱਤਾ ਹੋਇਆ, ਠੀਕ ਹੈ। ਅਤੇ ਇਹਦੇ ਡੰਮੀ, ਇੱਕ ਫੋਨ ਦਿੱਤਾ ਹੋਇਆ, ਇਹ ਡੰਮੀ ਹੁੰਦਾ। ਅਤੇ ਆਰਮੀ 'ਚ ਵੈਸੇ ਇੱਦਾਂ ਹੀ ਆਉਂਦੀਆਂ ਹੁੰਦੀਆਂ ਸੀ, ਪਲੇਟਸ ਵਗੈਰਾ ਵੀ ਇਹਦੇ ਅੱਜ ਕੱਲ੍ਹ ਮਿਲਣ ਲੱਗ ਗਈਆਂ, ਅਤੇ ਇੱਦਾਂ ਲੱਗ ਜਾਂਦੀਆਂ ਨੇ। ਅਤੇ ਖਾਨ ਬਾਈ ਹੁਣ ਇੱਕ ਗੱਲ ਹੋਰ ਦੱਸਿਓ, ਇਹਦੇ 'ਚ ਫਿਰ ਇੰਜਨ ਵਗੈਰਾ ਕਿਹੜਾ ਰੱਖਦੇ ਆਪਾਂ ਅੱਜ ਕੱਲ੍ਹ? ਇਹਦੇ 'ਚ ਆਪਾਂ ਵੀਰੇ ਮਹਿੰਦਰਾ ਦਾ DI ਟਰਬੋ ਇੰਜਨ ਰੱਖਿਆ ਹੋਇਆ। ਓਕੇ, ਹਾਂਜੀ। ਤੇ ਵੈਸੇ ਕਸਟਮਰ ਦੀ ਡਿਮਾਂਡ ਹੁੰਦੀ ਹੈ, ਜਿਵੇਂ ਟੋਇਟਾ ਇੰਜਨ ਚਾਹੀਦਾ, ਪੈਟਰੋਲ ਚਾਹੀਦਾ, ਕਸਟਮਰ ਦੀ ਡਿਮਾਂਡ ਦੇ ਉੱਪਰ ਹੈ। ਆਪਾਂ ਇਹਦਾ ਇੰਜਨ ਵੀ ਦਿਖਾ ਸਕਦੇ ਹਾਂ? ਹਾਂ, ਇੰਜਨ ਦਿਖਾ ਸਕਦੇ ਹਾਂ ਬਾਈ। ਇਹਦਾ ਇੰਜਨ ਵੀ ਈਜ਼ੀ ਓਪਨ ਹੀ ਹੁੰਦਾ, ਇੱਦਾਂ ਅੰਦਰੋਂ ਨਹੀਂ ਖੁੱਲਦਾ, ਇੱਥੋਂ ਬਾਹਰ ਹੀ ਖੁੱਲਦਾ। ਇਹ ਬਾਈ ਤੁਸੀਂ ਦੇਖ ਸਕਦੇ ਹੋ ਮਹਿੰਦਰਾ ਦਾ ਇੰਜਨ ਰੱਖਿਆ ਹੋਇਆ ਇਹਨਾਂ ਨੇ। ਇਹ ਓਵਰਆਲ ਕਰਕੇ ਰੱਖਿਆ ਹੁੰਦਾ ਬਾਈ, ਇਹ ਨਵਾਂ ਨਹੀਂ ਹੁੰਦਾ ਨਾ? ਹਾਂਜੀ ਹਾਂਜੀ ਵੀਰੇ, ਸਾਰਾ ਓਵਰਹਾਲ ਕਰਕੇ ਰੱਖਿਆ ਹੁੰਦਾ, ਨਵੇਂ ਤਾਂ ਆਉਂਦੇ ਨਹੀਂ ਵੀਰੇ, ਆਉਂਦੇ ਹੀ ਨਹੀਂ ਹਨਾ। ਮਹਿੰਗੇ ਪੈਂਦੇ ਜੇ ਕਿਸੇ ਨੇ ਦਿਖਾਉਣਾ ਹੋਵੇ, ਪਰ ਮਿਲਦੇ ਵੀ ਨਹੀਂ, ਪਰ ਜ਼ਰੂਰਤ ਹੀ ਨਹੀਂ, ਜ਼ਰੂਰਤ ਹੀ ਨਹੀਂ ਪੈਂਦੀ, ਬਹੁਤ ਵਧੀਆ ਚੱਲਦੇ ਆ। ਨਹੀਂ ਸਹੀ ਗੱਲ ਹੈ ਬਾਈ, ਰੇਡੀਏਟਰ ਨਵਾਂ ਹੁੰਦਾ, ਬੈਟਰੀ ਨਵੀਂ ਹੁੰਦੀ ਹੈ, ਠੀਕ ਹੈ, ਸਰਵੇ ਵਗੈਰਾ, ਕਲਚ ਬੂਸਟ ਹੋਵੇ, ਸਾਰਾ ਕੁਝ ਨਵਾਂ ਹੋਵੇ। ਹਾਂ, ਕਿਉਂਕਿ ਉਹ ਯੂਜ਼ ਜਿਹੜਾ ਕੀਤੇ ਉਹ ਚੱਲਦੇ ਨਹੀਂ ਹਨਾ, ਠੀਕ ਹੈ। ਬਾਕੀ ਬਾਈ ਇਹਨੂੰ ਬਾਈ ਹੁਣ ਇੱਕ ਤੁਸੀਂ ਦੇਖ ਸਕਦੇ ਹੋ ਡੈਂਪਿੰਗ ਸ਼ੀਟ ਲਾਈ ਹੋਈ ਹੈ ਸਪੈਸ਼ਲ, ਉਹ ਕਿਉਂ ਲਾਈ ਹੋਈ ਹੈ ਕਿ ਹੀਟ ਅੰਦਰ ਨਾ ਜਾਵੇ ਤੇ ਇੰਜਨ ਦੀ ਸਾਊਂਡ ਵੀ ਘੱਟ ਬਾਹਰ ਜਾਵੇ, ਇਸ ਕਰਕੇ ਬਾਈ ਹੁਣ ਇਹਨੂੰ ਸ਼ੀਟ ਵੀ ਯੂਜ਼ ਕੀਤੀ ਹੈ। ਤੇ ਇਹ ਬਾਈ ਇਹਦੇ ਵਿੱਚ ਇੰਜਨ ਵਗੈਰਾ ਤੁਸੀਂ ਹੋਰ ਵੀ ਦਿਖਾ ਸਕਦੇ ਹੋ ਆਪਣੀ ਮਰਜ਼ੀ ਨਾਲ, ਹਨਾ। ਆਪਾਂ ਤੁਹਾਨੂੰ ਸਾਰੇ ਦਿਖਾ ਦਿੰਦੇ ਜਿਹੜੇ ਟੋਇਟਾ ਦੇ ਵੀ ਆਪਣੇ ਕੋਲੇ। ਅੱਛਾ, ਓਕੇ, 4x4 ਦੇ ਵਿੱਚ ਆਪਾਂ ਟੋਇਟਾ ਇੰਜਨ। ਖਾਨ ਬਾਈ, ਜਿਵੇਂ ਕਿ ਤੁਸੀਂ ਦੱਸਿਆ ਕਿ ਇਹਦੇ ਵਿੱਚ ਹੁਣ ਮਹਿੰਦਰਾ ਇੰਜਨ ਹੈ, ਤੇ ਇਹਨੂੰ ਵੈਸੇ ਟਾਈਮ ਤੇ, ਚਲੋ ਹੁਣ ਮੈਂ ਹੀ ਦੱਸ ਸਕਦਾ ਵੀ ਕਿੰਨਾ ਕੁ ਲੱਗਦਾ, ਕਿਉਂਕਿ ਮੈਨੂੰ ਬਹੁਤ ਚਿਰ ਹੋ ਗਿਆ, ਪਰ ਫਿਰ ਵੀ ਤੁਸੀਂ ਤੁਹਾਡੇ ਹਿਸਾਬ ਨਾਲ ਅੱਜ ਕੱਲ੍ਹ ਕੋਈ ਟਾਈਮ ਵਧਿਆ ਘਟਿਆ ਜਾਂ ਕਿੱਦਾਂ? ਵੀਰੇ ਇੱਦਾਂ ਵੀ ਹੁਣ ਜਾਨੀ ਕਿ ਜਿਹੜਾ ਕੰਮ ਆ ਆਪਣੇ ਕੋਲੇ 35-40 ਗੱਡੀਆਂ ਦਾ ਵੀਰੇ ਬਾਹਰ ਦੀਆਂ ਬੋਕਾ, ਠੀਕ ਹੈ, ਕੈਨੇਡਾ ਅਮਰੀਕਾ ਦੀਆਂ, ਠੀਕ ਹੈ, ਉਹਦੇ ਕਰਕੇ ਆਪਾਂ 3 ਮਹੀਨੇ ਲੈਨੇ ਆ, 2.5 ਤੋਂ 3 3 ਮਹੀਨੇ, ਠੀਕ ਹੈ। ਤੇ ਇਹਨੂੰ ਕੀ ਪ੍ਰਾਈਸ ਫਿਰ ਇਹਦੀ ਗੱਡੀ ਦੀ ਇਸ ਟਾਈਮ ਤੁਸੀਂ ਇਹ ਮਹਿੰਦਰਾ ਇੰਜਨ ਨਾਲ ਆ ਜਿਹੜੀ ਖੜੀ ਹੈ ਵੀਰੇ 4,30,000, 4,30,000 ਤੋਂ ਜਾਨੀ ਕਿ ਸਟਾਰਟਿੰਗ ਹੋ ਜਾਂਦੀ। ਅੱਛਾ, ਤੇ ਬਾਕੀ ਜਿਹੜੀ ਕਿ ਉੱਪਰ ਜਿੰਨੀ ਮਰਜ਼ੀ ਅਗਲੇ ਡਿਮਾਂਡ ਨਾਲ ਹੋ ਜਾਏ, ਜਿਵੇਂ ਤੁਸੀਂ ਮਰਜ਼ੀ ਜੋ ਜੋ ਮੋਡੀਫਿਕੇਸ਼ਨ ਕਰਾਉਂਗੇ, ਹਨਾ, ਉਸ ਹਿਸਾਬ ਨਾਲ ਹੋ ਜਾਏ, ਠੀਕ ਹੈ। ਤੋਂ ਬਾਅਦ ਬਾਈ ਗੱਲ ਆ ਜਾਂਦੀ ਹੈ ਵੀ ਸੇਮ ਵਿਲੀਜ਼ ਆ, ਸੇਮ ਲੁੱਕ ਦੇ ਵਿੱਚ ਆ, ਪਰ ਥੋੜੀ ਚੇਂਜ ਇਹ 'ਚ ਤੁਹਾਨੂੰ ਕਿਉਂ ਲੱਗ ਰਹੀ ਹੋਣੀ ਆ? ਇੱਕ ਤਾਂ ਇਹਦੀ ਹੁੱਡ ਜਿਹੜੀ ਆ ਬਾਈ, ਉੱਤੇ ਕੱਪੜਾ ਪਿਆ ਹੋਇਆ, ਇਹਦੇ ਉੱਤੇ ਵੀ ਕੱਪੜਾ ਪੈ ਕੇ ਸੇਮ ਇਦਾਂ ਦੀ ਹੀ ਹੋ ਜਾਂਦੀ ਆ, ਉਹਨੂੰ ਆਪਾਂ ਕਹਿ ਦਿੰਦੇ ਆ। ਇਹਦੇ ਫਰੰਟ ਲਾਈਟਸ ਥੋੜੀਆਂ ਜਿਹੀਆਂ ਅਲੱਗ ਲੱਗੀਆਂ ਹੋਈਆਂ ਨੇ, ਇਹਨੂੰ ਟੈਂਕ ਵਾਲੀਆਂ ਲਾਈਟਸ ਵੀ ਕਹਿ ਦਿੰਦੇ ਆ ਆਪਾਂ ਵੈਸੇ, ਹਨਾ, ਇਹ ਵੀ ਕਹਿ ਦਿੰਦੇ ਆ, ਟੈਂਕ ਲਾਈਟ ਵੀ ਕਹਿ ਦਿੰਦੇ ਆ। ਬਾਕੀ ਇਹ ਪੌਂਡ ਬਣਾ ਕੇ ਲਾ ਦਈਦੀ ਆ, ਇਹਦੇ ਨਾਲ ਥੋੜੀ ਜਿਹੀ ਲੁੱਕ ਵਧੀਆ ਲੱਗਦੀ, ਵਧੀਆ ਲੱਗਦੀ ਆ, ਠੀਕ ਹੈ। ਚਲੋ ਸੋਹਣੀ ਲੱਗਦੀ ਆ, ਅਸੈਸਰੀ ਚਲੋ ਆਪਣੀ ਮਰਜ਼ੀ ਨਾਲ ਬੰਦਾ ਕੋਈ ਵੀ ਲਵਾ ਸਕਦਾ। ਤੇ ਇਹਦੇ ਵੀ ਟਾਇਰ ਜਿਹੜੇ ਬਾਈ ਸੇਮ ਟਾਇਰ ਨੇ, ਠੀਕ ਹੈ, ਤੇ ਰੈਪਟਰ ਕੋਟਿੰਗ ਇਹਨੂੰ ਵੀ ਹੋਈ ਹੋਈ ਆ, ਪਾਵਰ ਸਟੀਅਰਿੰਗ। ਇਹ ਇੰਜਨ ਕਿਹੜਾ ਫਿਰ ਇਹਦੇ 'ਚ ਖਾਣ? ਇਹ
दोस्तों इधर तुसी देखिया हुण इंजन वगैरह सारा कुछ यह सेम लुक दे विच आ, सारा कुछ इहदे च वी सेम है, ठीक है। इहदे वी अंदर मैटिंग वगैरह हुई है, पर इहदे च खास एक चीज तुहानू दस्सदे आ की हैगी है। इहदे च बाई ने एसी दी फैसिलिटी दित्ती हुई है, तुसी इह देख सकदे हो वी इहदे विच एसी लग्गिया होया, ठीक है। उत्तों इह 4x4 है, इह 4x4 वाला लीवर लग्गिया होया, इह अपना नॉर्मल लीवर जिहड़ा आउंदा सी। इहदे विच बाई ने कप स्टैंड वगैरह वी दित्ते ने, ठीक है, जिहड़े कि तुसी कह सकदे हो आर्म रेस्ट दी जगह वी यूज कर सकदे हो, कप होल्डर वी यूज। अच्छा फोल्ड हो जाता है, इदां हो जाता है क्योंकि नंगन दी प्रॉब्लम। अच्छा अच्छा ठीक है, जीव दे मगर नहीं नंगे। अच्छा इदां भी हो जाता है, नहीं ये भी चीज चलो वधिया लगी। ते इहदे विच तुसी हीटर ते एसी दोवें दित्ते आ फिर खान भाई? हीट भी है, ठीक है। ये फिर तुसी टोयोटा दा इंजन उहदे करके दित्ती है, महिंद्रा च नहीं है चीज मिलदी? महिंद्रा च भी मिल जांदी वीरे, कस्टमर दी डिमांड्स भी, आपां नूं इंजन ही टोयोटा दे चाहिदे। अच्छा टोयोटा दे चाहिदे, ठीक है, ये भी गल थोड़ी सही। स्टीयरिंग बाई इच ओरिजिनल वाला यूज कीता गया, ठीक है। इहदे जिहड़े वाइपर्स ने उह वी इच यूज कीते गए ने, ठीक है। पिछों तुसी देख सकदे हो इहनूं सारे नूं, पिछे बहण वास्ते सीटां वगैरह भी हैगियां ने। ते इहदी हुड जिहड़ी ਉਹ ਵੀ ओरिजिनल कपड़े ਆ, ਕੋਈ ਵਾਟਰਪ੍ਰੂਫ ਹੁੱਡ ਹੁੰਦੀ ਹੈ, ਆਮ ਹੁੱਡ ਨਹੀਂ ਹੁੰਦੀ। ਤੇ ਪਰ ਇਹ ਫਿਰ ਖਾਨ ਭਾਈ ਇੱਕੋ ਸ਼ੇਪ ਦੀ ਹੀ ਹੁੱਡ ਮਿਲਦੀ ਹੈ ਕਿ ਹੋਰ ਸ਼ੇਪਸ ਵੀ ਹੁੰਦੀਆਂ ਨੇ? ਬਾਕੀ ਇਹ ਜੇ ਆਪਾਂ ਦੇਖੀਏ ओरिजिनल ਨੂੰ, ਇਹਨਾਂ ਟਾਇਰਾਂ ਤੇ ਇਹੀ ਵੀਰੇ ਹੁੱਡ ਸੋਹਣਾ ਲੱਗਦਾ। ਸੋਹਣਾ ਲੱਗਦਾ, ਠੀਕ ਹੈ। ਇਹ ਇੱਥੋਂ ਖੁੱਲ ਵੀ ਜਾਂਦੀ, ਉੱਪਰ ਫੋਲਡ ਹੋ ਜਾਂਦੀ ਹੈ ਵੈ? ਜਿੱਪਰ ਆ ਵੀਰੇ। अच्छा अच्छा वो चीज वो भी हो जाती, वो भी हो जाती है, ठीक है। ये भी चीज भाई बड़ी वधिया लगी। तो पिछों तुसी सारी लुक कह रही देख सकते हो कि भी एक डमी फोन लग्या हुआ, जैरी कैन लग्या हुआ। ये एंटीना भाई ने छोटा लाया, वो वड्डा सीगा, ये छोटा लग्या हुआ पिछे। ये जैरी कैन अलॉय ये पिछे भी दिता गया, बॉल वाली हुक दिती गई है, ठीक है। तो इधरों तुसी ये लुक सारी सारी गड्डी की साइड तो देख सकते हो, ये दोवें सिमिलर ही सीगियां। सस्पेंशन वगैरह इन ओरिजिनल हुंदी है, इनू भी भाई उन्होंने रैप्टर कोटिंग की हुई है, ठीक है। तो काफ़ी वधिया ये तैयार हुई हुई है। अंदरों इंटीरियर भी तुसी देख सकते हो, कुछ खास है ये जो कि तुसी देख सकते हो भी ये मीटर वाली लाइट्स पहला ये आउंदियां हुंदियां सी, मीटर के लाइट नहीं ही आउंदी हुंदी, इस करके ये लाइट्स यूज हुंदियां हुंदियां सी। तो भाई उन्होंने ये भी ये चलाईया ने, प्लेट्स लगिया हुई ने, यह भी एक लाइट ही है, ठीक है। तुसी देख सकते हो इत्थे अपनी प्लग जगा सकते सी ऑन करन वास्ते। तो मतलब काफ़ी चीज़ा जिहड़ियां ने अजकल भाई हुणी वो सिमिलर चीज़ा बनाउण लग गए। तो खान भाई हुण एक गल ये दस्सो कि इहनूं भी सेम 3 महीने ही? हाँ जी। तो इहदी कॉस्टिंग? ਇਹਦੀ ਕਾਸਟ ਵੀ ਜ਼ਿਆਦਾ ਪੈ ਜਾਂਦੀ, ਉਹ ਆਪਣੇ ਨੰਬਰ ਆਪਾਂ ਦੇਵਾਂਗੇ, ਨੰਬਰ ਤੇ ਕਨੈਕਟ ਕਰ। ਫਿਰ ਵੀ ਅੰਦਾਜ਼ਾ ਹੈ ਕਿਉਂਕਿ ਉਹ ਡੀਜ਼ਲ ਇੰਜਨ ਸੀ, ਉਹ ਆਪਾਂ ਦੱਸਿਆ ਵੀ 4.5 ਲੱਖ ਤੋਂ ਸ਼ੁਰੂ ਦੇ ਵਿੱਚ, ਜੇ ਆਪਾਂ ਇਥੋਂ ਵਾਸਤੇ ਗੱਡੀ ਰੈਡੀ ਕਰਦੇ ਹਾਂ ਵੀਰੇ ਇਸ ਚੀਜ਼ ਦੇ ਵਿੱਚ, ਹਨਾ ਤਾਂ 6,10,000 ਕਾਸਟ ਕਰਦਾ। ਮਤਲਬ ਇਹ ਟੋਇਟਾ ਦਾ ਇੰਜਨ ਜਿਹੜਾ ਮਹਿੰਗਾ ਹੋ ਜਾਂਦਾ, ਥੋੜਾ ਮਹਿੰਗਾ ਵਿੱਚ ਏਸੀ ਵੀ ਲਾਇਆ ਆਪਾਂ, ਕਈ ਕੁਝ ਕੀਤਾ ਉਹਦੇ ਕਰਕੇ ਫਰਕ ਵੀ ਪੈ ਜਾਂਦਾ। ਇੱਧਰ ਬਾਈ ਸਾਡੇ ਕੋਲੇ ਆ ਜਾਂਦੀ ਹੈ, ਵੈਸੇ ਸੇਮ ਵਿੱਲੀ ਜੀ ਆ ਇਹ, ਪਰ ਇਹਦੇ ਵਿੱਚ ਐਮਟੀ ਟਾਇਰ ਪਾਏ ਹੋਏ ਨੇ, ਥੋੜਾ ਜਿਹਾ ਚੇਂਜ ਤੁਹਾਨੂੰ ਲੱਗੂਗਾ ਕਿਉਂਕਿ ਟਾਇਰਾਂ ਕਰਕੇ ਗੱਡੀ ਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ। ਤੇ ਖਾਨ ਬਾਈ ਫਿਰ ਇਹਦੇ ਚ ਇੰਜਨ ਕਿਹੜਾ ਰੱਖਿਆ ਪਹਿਲਾਂ? प्रॉपर झूटा दिंदी है गड्डी, ठीक है, जो मोड़ ते हुंदी है ये थोड़ी जम के चलदी है, ठीक है। तो ये देखे जाए तो यदि लाइट्स जड़िया ने सिंपल लाइट्स लगिया ने, ठीक है। ये अगले बने बाई उन्होंने एक झंडी वगैरह लाई है, चलो ये एक्सेसरी होंगी है जिन्नी मर्जी तुम लवा सकते हो। तो यहाँ कलर है ये थोड़ा उन्होंने नालों चेंज है खान भाई। हाँ जी, कलर अलग है। ये की फर्क है वैसे? ये भी मिलिट्री मैट है, ये थोड़ा जिम्मे आप कह दें ज्यादा मैट है, इंजन भाई दिखाता सीट्स जो भी चेंज ने, तुम देख सकते हो थोड़ी गड्डी ਵਾਲੀਆਂ ਸੀਟ ਲਾਤੀ ਆ ਵੀ ਕੰਫਰਟ ਵੱਧ ਆਉਂਦਾ। ਇਹ ਚ ਓਰੀਜਨਲ ਲੁੱਕ ਵਾਲੀਆਂ ਸੀ, ਇਹ ਥੋੜੀਆਂ ਚੇਂਜ ਕਰਤੀਆਂ। ਤੇ ਇਹਦਾ ਸਟੀਅਰਿੰਗ ਵਗੈਰਾ ਓਰੀਜਨਲ ਲੱਗਿਆ ਹੋਇਆ ਜਿਹੜਾ ਕਿ ਆਉਂਦਾ ਸੀਗਾ। ਇਹ 2-wheel ਡਰਾਈਵ ਆ ਬਾਈ, 4x4 ਨਹੀਂ ਹੈਗੀ, ਤੇ ਉਹ 4x4 ਸੀਗੀ। ਅੰਦਰੋਂ ਇੰਟੀਰੀਅਰ ਇਹਦਾ ਵੀ ਬਹੁਤ ਸੋਹਣਾ ਬਣਿਆ ਹੋਇਆ। ਪਿੱਛੋਂ ਤੁਸੀਂ ਇਹਦੀ ਸਾਰੀ ਲੁੱਕ ਦੇਖ ਸਕਦੇ ਹੋ ਵੀ ਇਹ ਲੁੱਕ ਇਹਦੀ ਬੈਕ ਤੋਂ ਆਉਂਦੀ ਆ, ਇਹਦੇ ਐਂਟੀਨਾ ਓਰੀਜਨਲ ਲੱਗਿਆ ਹੋਇਆ, ਠੀਕ ਹੈ। ਬਾਕੀ ਬੈਕ ਤੇ ਇਹਦੇ ਆਪਾਂ ਕਲਰ ਐਮ ਹੀ ਲਾਇਆ ਪਿੱਛੇ। ਅੱਛਾ ਇਹ ਟਾਇਰ ਨਹੀਂ ਦਿੱਤਾ ਨਾ? ਇਹਦੇ ਟਾਇਰ ਨਹੀਂ ਲਾਇਆ। ਇਹ ਵੀ ਗੱਲ ਹੈਗੀ ਆ। ਇਹ ਚ ਹੋਰ ਚੇਂਜਸ ਆ, ਤੁਸੀਂ ਬੋਨਟ ਤੋਂ ਦੇਖ ਸਕਦੇ ਹੋ। ਬਾਕੀ ਸਾਰੇ ਲੋਗੋ ਨੇ ਤੁਸੀਂ ਦੇਖ ਸਕਦੇ ਹੋ, ਉੱਥੇ ਵਿੱਲੀ ਲਿਖਿਆ ਹੋਇਆ, ਇੱਥੇ ਵਿੱਲੀ ਲਿਖਿਆ ਹੋਇਆ, ਠੀਕ ਹੈ। ਇਹ ਵੀ ਜੇ ਕਿਸੇ ਨੇ ਫੋਰਡ ਦੀ ਲਿਖਾਉਣਾ ਤਾਂ ਉਹ ਵੀ ਲਿਖਿਆ ਜਾਂਦਾ ਹੈ? ਫੋਰਡ ਵੀ ਲਿਖਿਆ ਜਾਂਦਾ, ਪਰ ਫੋਰਡ ਵੀਰੇ ਹੁਣ ਨਹੀਂ ਕੋਈ ਲਿਖਾਉਂਦਾ, ਹੁਣ ਤਾਂ ਵਿੱਲੀ ਹੀ ਚੱਲਦਾ ਵਾ। ਵਿੱਲੀ ਹੀ ਚੱਲਦਾ ਤੇ ਇਹਦੀ ਕੀ ਪ੍ਰਾਈਸ ਹੈ ਵੈਸੇ ਕਿ ਟਾਇਰਾਂ ਕਰਕੇ ਚੇਂਜ ਕੋਈ ਵੱਧ ਘੱਟ? ਟਾਇਰਾਂ ਕਰਕੇ ਵੀਰੇ 4,85,000 ਕਾਸਟ ਕਰਦੀ ਆ। ਇਹ ਕਰਦੀ ਆ, ਠੀਕ ਹੈ। ਤੇ ਇੱਧਰ ਹੁਣ ਬਾਈ ਆ ਗਈ ਸਾਡੇ ਕੋਲੇ ਮਿੰਨੀ ਮੌਨਸਟਰ ਟਾਇਰ ਦੇ ਨਾਲ ਵਿੱਲੀ ਜੀਪ, ਜਿਹਨੂੰ ਆਪਾਂ ਕਹਿ ਦਿੰਦੇ ਆ ਲੰਡੀ ਜੀਪ, ਠੀਕ ਹੈ। ਤੇ
पूरी वड्डे टायरां च वी हैगी। पहलां आपां इह दिखावांगे, इह फ्रंट तों बई इहदी इह लुक आउंदी है, तुसीं देख सकदे हो। ते इह मिट्टी कलर इहनूं आपां कहिंदे खान? ਹਾਂਜੀ ਵੀਰੇ ਗਲੋਸੀ ਕਲਰ ਆ। ਅੱਛਾ ਗਲੋਸੀ ਮਿੱਟੀ ਕਲਰ ਇਹਨੂੰ ਆਪਾਂ ਕਹਿ ਦਿੰਦੇ ਹਾਂ। ਤੇ ਬਾਈ ਫਰੰਟ ਤੋਂ ਇਹਦੀ ਇਹ ਲੁੱਕ ਹੁੰਦੀ ਹੈ, ਇਹ ਮਿੰਨੀ ਮੌਨਸਟਰ ਟਾਇਰਾਂ ਦੇ ਨਾਲ ਹੈ। ਅੱਜ ਸਾਨੂੰ ਸਾਰੀ ਤਾਂ ਹੀ ਵੈਰਾਈਟੀ ਦਿਖਾ ਰਹੇ ਨੇ। ਇਹਦੇ ਅਗਲੇ ਬੰਨੇ ਐਲਈਡੀ ਲਾਈਟਸ ਲੱਗੀਆਂ ਨੇ, ਛੋਟੀਆਂ ਲਾਈਟਸ ਲਾਈਆਂ ਨੇ, ਬੰਪਰ ਇਹਦਾ ਸਿੰਪਲ ਹੀ ਰੱਖਿਆ ਗਿਆ। ਇਹਦੀਆਂ ਦੂਜੀਆਂ ਲਾਈਟਸ ਜਿਹੜੀਆਂ ਨੇ ਉਹ ਚੇਂਜ ਨੇ, ਇਹਨੂੰ ਥੋੜ੍ਹੀ ਮੋਡੀਫਾਈਡ ਵਿਲੀ ਆਪਾਂ ਕਹਿ ਸਕਦੇ ਹਾਂ। ਤੇ ਖਾਨ ਬਾਈ ਇਹਦੇ 'ਚ ਫਿਰ ਇੰਜਨ? ਇਹਦੇ 'ਚ ਵੀਰੇ ਟੋਇਟਾ 3 ਸੀ ਇੰਜਨ ਹੈ, ਇਹ ਵੀ ਆਸਟ੍ਰੇਲੀਆ ਆਪਾਂ ਸ਼ਿਪ ਕਰਦੇ ਹਾਂ। ਅੱਛਾ, ਇਹ ਟੋਇਟਾ 3 ਸੀ, ਸੇਮ ਉਹਦੇ ਵਾਲਾ ਇੰਜਨ? ਹਾਂਜੀ, ਇਹ ਵੀ 4x4 ਵੀਲ ਡਰਾਈਵ ਹੈ। ਅੱਛਾ, ਏਸੀ ਹੀਟਰ ਇਹਦੇ ਵਿੱਚ ਵੀ ਲਾਇਆ। ਇਹਦੇ 'ਚ ਵੀ ਲਾਇਆ ਤੇ ਇਹਦੇ ਟਾਇਰ ਸਾਈਜ਼ ਕੀ ਹੈ ਫਿਰ ਇਹਦਾ? बहुत ही शाइनी कलर है, बहुत वधिया कलर है। शीशा भी तुसी देख सकते हो, थोड़ा जिहा चेंज है। वैसे जिहड़ी पहलां विलियां आउंदियां सी उहनां दे खाने खुल्लदे सी अंदर नूं हवा वास्ते, ठीक है, कि हवा अंदर जाई जावे सीधी। पर इह चलो उहनां ने फिक्स करवा लेने, जिहड़े कस्टमर सी उहनां ने कहा फिक्स कर दो, बाई उहनां ने फिक्स करते। ते वाइपर थल्लिओं तां नूं ने, उहनां दे उपरों ठां नूं हुंदे ने। इह निक्की निक्की चीज़ां दा बाई फर्क हुंदा। ते एसेसरी जिहड़ी इहनूं ब्लैक दे नाल कंबीनेशन कीता गया। इहदीआं सीट्स जिहड़ीआं ने थोड़ीआं कस्टम करके बणाईआं गईआं ने, बकट सीट्स इहनूं आपां कह सकदे हां, बणाईआं गईआं ने ओरिजिनल लुक दे विच। अंदरों तुसीं देख सकदे हो स्टेयरिंग वगैरह इहदे वी ओरिजिनल लग्गिआ होइआ। एसी हीटर इहदे 'च वी बाई उहनां ने दित्ता, तुसीं इह देख सकदे हो पूरा पूरा। ते मीटर वगैरह तुसीं देख सकदे हो जिहड़े कि इहदे विच बहुत ही सोहणे लग्गे होए ने। ते इह 4x4 आ बाई, इह 4x4 वाला गीवर लीवर जिहड़ा कि हाई लो आ जांदा, इह नॉर्मल लीवर आ जांदा, ठीक है। इहदे विच वी कप होल्डर वगैरह दित्ते होए ने, पिछे वी बाई उहनां ने सीट्स इहदे विच बहिण वास्ते दित्तियां होईआं ने। ते इहदे नाल बाई आपां हुड होर वी कोई दिंदे आ कि इही दिंदे आ कल्ली? टंटीना दिता हुआ जैरी कैन पिछे बाई ने टायर अलॉय भी दिता, ठीक है। ਤੇ ਇਹਦੀ ਸਾਰੀ ਸਾਈਡ ਤੋਂ ਲੁੱਕ ਹੈ ਤੇ ਰੈਪਟਰ ਕੋਟਿੰਗ ਇਹਦੇ ਅੰਡਰ ਵੀ ਹੋਈ ਹੋਈ ਹੈ ਸਾਰੀ ਸਾਰੀ। ਤੇ ਬਹੁਤ ਸੋਹਣੀ ਹੈ ਵੀ ਬਾਈ, ਤਿਆਰ ਹੋਈ ਹੈ ਕੰਬੀਨੇਸ਼ਨ, ਬਹੁਤ ਸੋਹਣਾ ਹੈ। ਅੰਦਰੋਂ ਇਹ ਮੈਟਿੰਗ ਹੋਈ ਹੋਈ ਹੈ ਸਾਰੀ ਇਹਦੀ। ਤੇ ਖਾਨ ਬਾਈ ਫਿਰ ਇਹਦੀ ਕੀ ਪ੍ਰਾਈਸ ਹੈ? ਇਹ ਵੀਰੇ ਜੇ ਤਾਂ ਇੱਥੋਂ ਵਾਸਤੇ ਆਪਾਂ ਰੈਡੀ ਕਰਦੇ ਹਾਂ ਤਾਂ ਇਹ, ਜੇ ਆਪਾਂ ਰੈਡੀ ਕਰਨੀ ਆ ਮਹਿੰਦਰਾ ਇੰਜਨ ਤਾਂ 5,10,000, ਠੀਕ ਹੈ। ਟੋਇਟਾ 'ਚ ਕਰਦੇ ਹਾਂ ਵੀਰੇ ਫਿਰ ਇਹ ਕੋਸਟ ਕਰੂਗੀ 6,500,000 ਰੁਪਏ। ਅੱਛਾ, ਫਿਰ ਮਹਿੰਗੀ ਹੋਣੀ, ਇੰਜਨ ਕਰਕੇ ਮਹਿੰਗੀ ਹੋ ਜਾਂਦੀ, ਟਾਇਰ ਵੀ ਇਹਦੇ ਫਰਕ ਪੈਣਾ, ਠੀਕ ਹੈ। ਇਹ ਵੀ ਗੱਲ ਚਲੋ ਬਾਈ ਵਧੀਆ ਲੱਗੀ। ਤੇ ਦੋਸਤੋ ਹੁਣ ਆਪਣੇ ਕੋਲ ਆ ਜਾਂਦੀ ਹੈ ਜਿਹੜੀ ਕਿ ਪੰਜਾਬ 'ਚ ਬਹੁਤ ਜ਼ਿਆਦਾ ਫੇਮਸ ਹੈ, ਮਤਲਬ ਆਪਣੇ ਕੇਰਲ ਵਾਲੇ ਬੰਦੇ ਜਾਂ ਉਹ ਬਹੁਤ ਪਸੰਦ ਕਰਦੇ ਆ, ਪ੍ਰੋਪਰ ਚੌੜੇ ਟਾਇਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਹ ਹੈਗੀ ਆ ਬਈ ਪ੍ਰੋਪਰ ਚੌੜੇ ਟਾਇਰਾਂ ਦੇ ਵਿੱਚ ਜਿਹੜੀ ਕਿ ਆਪਾਂ ਇਹਨੂੰ ਵਿੱਲੀ ਕਹਿ ਦਿੰਦੇ ਹਾਂ, ਠੀਕ ਹੈ। ਲੰਡੀ ਜੀਪ ਕਹਿ ਲਓ, ਗਾਣਿਆਂ 'ਚ ਵੀ ਬਹੁਤ ਸੁਣੀ ਹੋਊਗੀ, ਤੁਸੀਂ ਦੇਖੀ ਹੋਊਗੀ, ਇਹ ਉਹ ਵਾਲੀ ਹੈ, ਠੀਕ ਹੈ। ਇਹਨੂੰ 2 ਫੁੱਟਾ ਟਾਇਰ ਵੀ ਆਪਾਂ ਖਾਨ ਬਾਈ ਕਹਿੰਦੇ ਹਾਂ, शौक पूरा करने वास्ते हुंदी है, क्योंकि इहदी आवाज भी टायरां दी बहुत हुंदी है। दूजा इहदा स्टीयरिंग भी बबल करदा है। हां, स्टीयरिंग करदा है वीरे, स्टीयरिंग करदा। देखो वीरे, जे होया तुसीं ट्रैक्टर चला लिया, हां, ओहो जी जीप चला लिया, डबल टायर भी लै लैंदे ना, जिद्दां आपां ओह टायर एक्स्ट्रा भी दे दिंदे आ। वैसे भी चलो तुसीं गल करदे ना, आपां गड्डी दिखाउणी आ, हां, गड्डी दे नाल एक्स्ट्रा जाणगे टायर। अच्छा, ओहदे नाल एक्स्ट्रा जाणगे, ठीक है। ते फ्रंट तों बाई दी सारी सेम तैयार होई है, लाइट्स सारे, पर इहदा पेंट बहुत वधिया है, इह शाइनी ग्लॉसी पेंट है। ते इहनूं आपां नाडो ग्रे भी कह सकदे आ, इह वावा ट्रेंडिंग 'च अजकल हैगा। ते इह बाई इहनां नूं नाडो ग्रे कीता होया, ते शीशा जिहड़ा है इहदा तुसीं देख सकदे हो डबल वाला लगदा ही बहुत सोहणा है वीरे। इह हाँ, एक तुहानूं होर चीज़ दसदा बाई कि जिहड़ी तुसीं वी नोट कीती होगी, उह पूरा पूरा शीशा बाई ने पाया गड्डी 'च। एक कट वाला शीशा, एक तोप वाला भी आउंदा है ना, हुण उह चलो थोड़ी डिमांड है जिद्दां तुसीं चाहो। ते इह वी बहुत सोहणी शीशा, इहदा वी अग्गे हो जांदा है। इह ब्लैक नाल इहदा कंबीनेशन कीता गया। साइड तों बाई इहदी आह लुक आउंदी है सारी गड्डी दी, कि मतलब कि बहुत सोहनी लगती है। अंदरों ये रैप्टर कोटिंग ये भी हुई अजकल सारिया ने तुम करन लग गए, मतलब है ना, मतलब सारे डिमांड बढ़ गई। यदि कॉस्टिंग का भी फर्क पैंता कोई खान? कॉस्टिंग ना वीरे कोई खास फर्क नहीं पैंता, वो तो चलो आप जो गड्डी के प्राइस ही अपने वो रखे भी, आप क्वालिटी देनी है, क्वालिटी देनी, ठीक है। अंदरों भाई गल की जाए ये भी बैल्टा वगैरह सीट्स यदि कस्टम हुई हैं, थोड़ी बकेट सीट्स ने पर ओरिजिनल लुक के ही है। तो स्टेयरिंग यदा थोड़ा जहा लग्या होया बाई ने, मॉडिफाइड स्टेयरिंग लाया हुआ, ठीक है। हीटर ये लग्या होया, ठीक है। एसी ये लग्या होया, 4x4 आ बई ये, ठीक है। तुम देख सकते हो दोवें गेयर ये लगे हुए हैं, लीवर लगे हुए हैं, ये मीटर्स वगैरह आ गए सारे सारे, मतलब कि बाई हुणे अपने वालों कोई कसर नहीं छड्डदे। सीट इहदी एडजस्टेबल भी हैगी है नाल, ते हुड्डे दी आपां एक्स्ट्रा दे रहे हैं नाल।
बॉल हुक लगी हुई है ते ए दी भाई साइड तो लुक आ गई सारी सारी तुसी देख रहे हो पिछे दे लॉय नहीं भाई आपा दिता है ना ये लाउना वीरे अच्छा ये लाउना है अच्छा ठीक है ते टायर इदे ना ए भी जाने आ ते टायर नु होर भी भेज अच्छा तां करके ओके भाई ये सारी इहदी साइड तो लुक आ गई इधरों ते खान भाई फिर ए किन्नी प्राइस है इहदी जे गल की जाए तैयार होने की वैसे तो बाई का सारा आपका गराज है ठीक है जिप्सियां भी बाई हूँ को तैयार हो रही ने थोड़ा यहाँ ब्लॉग भी देवे ये सारा सारा बई जो कि इदा पहले कोटिंग हो जाती है सारी गड्डी की ठीक है सारा कुछ खोल खूल के ठीक है फिर ये इंजन रखा जाता है इदा बई हूँ जो डिमांड थोड़ी डीजल ज टोयोटा ज निशान जो भी थोड़ा इंजन चाहिए बई हूँ वो रख देते हैं फिर मैकेनिकल काम शुरू कर लेने आप है ना खाने इदा ही है अच्छा वो तैयार कर रहे हो पेट्रोल इंजन रखा हुआ ठीक है अच्छा पेट्रोल इंजन ठीक है मतलब पेट्रोल सारा फिनिश करके इनू रखता इनू जदों पेंट होनी है इनू आपा कट देना ठीक है बन गई है सारी ठीक है ते इहदे बंपर तुसीं कुछ स्पेशल बना रहे हो गोल वाले है ना ये गोल वाले वीरे जिहड़े तुसीं अपने पहले गड्डियां वेखी ना जिहदे खंडा लग्गा हुआ है हां अच्छा वो वाले ठीक है उस तों बाद भाई गड्डी पेंट हो के प्रॉपर इदां दी हो जांदी है जिहदे विच तुसीं पेंट अपना दस सकदे हो वाइट रेड ब्लैक जिन्हें जो भी करवाउणा है ग्रीन वो पेंट करा के सारा आइंदा इहदी एक्सेसरी भी विच ही पई है भाई हुणी वो भी प्रॉपर सारी इक्को पेंट कर दिंदे ने सारी एक्सेसरी है भाई गड्डी दी जिहदे विच कि तुसीं देख सकदे हो सारीयां चीज़ां भाई हुणी पेंट कीतियां ने कि जिहड़ी थोड़ा पेंट का डिफरेंस ना आवे है ना इदां ही ते शीशे का स्टैंड वगैरह भी सारा कुछ हुण इहदी सैंपलिंग शुरू होण गई है ना सैंपल करके तुसीं फिटिंग लगनी वीरे सारी फिटिंग ठीक है ते सारी फिटिंग करिए गड्डी भाई प्रॉपर फिर जिहड़ी कि ओह खड़ी है इदां दीआं तैयार हो जांदीआं ने ते जिहड़ी कि इह बाइक कोले इदां खड़ियां ने हुण आउंदी है भाई साडे कोल इक स्पैशल विली जीप जिहड़ी कि तुसीं बहुत घट देखी होगी बहुत जाणे लोग गड्डियां च ते मैं सुणिआ टायर अलॉय पवांदे विली ते वी कोई टायर अलॉय देणे ने पैसे लाउंदा इह हुण खान बाई ही दसूगा इह साडे कोल हैगी है भाई विलीज जीप जिहड़ी कि बहुत ही यूनीक मैनूं लगी है ते बहुत ही चक्कवी लुक दे विच है चक्कवी आपां कह सकदे हां कि उहनां नालों वेखण च बहुत गैप आ जांदा है खान भाई हुण आप ही दसो इहदे कल्ले टायर अलॉय किन्ने दे ने पहलां दे ग्लॉसी मेहंदी पेंट आप कह सकते हैं मेहंदी कलर कह सकते हैं ना ग्लॉसी किया हुआ बाई उन्होंने इन जो लाइट दे सकते हो टैंक वाली लाइट्स लगे हुई हैं फ्रंट तो यदि लुक आती है ठीक है जी कि बहुत सोहनी लगती है इनू बाई हूँ ने जोड़े ने स्पेसर पा के तुम देख सकते हो स्पेसर पा के फिर ये टायर चढ़े ने क्योंकि छे नटी टायर जोड़े ने छे नटी जो कह दें वैसे इन नहीं पेंदे है ना तो भाई खान भाई ये किन्ने इंच ने भी इंच ने भाई बहुत सोहनी लगी सच्ची मैनू ना मतलब गड्डी ना मैं ताई वक्री खिलवा रही थी को सारी कोटिंग वगैरह हुई हुई है ठीक है शीशा भाई उन्होंने डबल वाला लाया हुआ अंदरों तुम देख सकते हो सारा कुछ ये बहुत सोहना इंटीरियर सारा हुआ हुआ मतलब सिमिलर गड्डिया ने वैसे सारिया ज्यादा दसन की तो मैं लोड़ नहीं तो थोड़ा क्वालिटी दिखा रहे हैं चीजा दिखा रहे हैं फर्क दिखा रहे हैं भी किदा किदा तुम चॉइस रख सकते हो विलीज के भी तो पिछों भी सारे ये लाइक एंटीने वगैरह बॉल हुक सारा कुछ लगे एक चीज़ होर दिखा थोड़ी सारिया ने मैं दिखा भुल गया ये बाई ने प्रॉपर प्लेट ला के ना हैवी वो उत्ते बॉल हुक लाई है ठीक है आम नहीं है भी इतने ही छेक कड़ के हुक लाती कल तुम कुछ पाओगे तो थोड़ी हुक भी खिंची जाए सारा खिंच जाए इस करके प्लेट बाई ने लाई हैवी प्लेट लगी हुई है ठीक है वो उत्ते बाई ने हुक लाई है बहुत वधिया चीज़ मैंने खान बेक लगी तो बाई ने पिछे भी टायर अलॉय दिता हुआ तो लाइट्स ये भी है सारिया सारिया
ਤੇ ਖਾਨ ਭਾਈ ਫਿਰ ਇਹ ਕੀ ਕਾਸਟ ਕਰਦੀ ਹੈ ਟੋਟਲ ਗੱਡੀ ਸੇਮ ਰੇਟ ਕਿ ਕੋਈ ਫਰਕ ਟਾਇਰਾਂ ਨਾਲ ਫਰਕ ਪੈ ਗਿਆ ਨਹੀਂ ਇਹਨਾਂ ਨਾਲ ਵੀਰੇ ਮਹਿੰਦਰਾ ਟਰਬੋ ਇੰਜਨ ਦੇ ਵਿੱਚ 585 6 ਲੱਖ ਇੱਥੇ ਕਾਸਟ ਕਰਦੀ ਹੈ ਅੱਛਾ ਕਰ ਜਾਂਦੀ ਹੈ ਠੀਕ ਹੈ ਤਾਂ ਟਾਇਰ ਪੰਜਵਾਂ ਸਿਰਫ ਆਪਾਂ ਰਿਮ ਦਿੰਨੇ ਨੇ ਰਿਮ ਦਿੰਨੇ ਨਾਰਮਲ ਜੇ ਇਹਦੇ ਨਾਲ ਦੇ ਲੈਣਾ ਵੀਰੇ ਫਿਰ ਉਹ ਕਾਸਟ ਅਲੱਗ ਕਰਦਾ 30 ਤੋਂ 35 ਹਜ਼ਾਰ ਰੁਪਇਆ ਉਹ ਫਰਕ ਪੈ ਜਾਂਦਾ ਠੀਕ ਹੈ ਤੇ ਹੁਣ ਬਾਈ ਗੱਲ ਆ ਜਾਂਦੀ ਹੈ ਥਾਰ ਜਿਹੜੀ ਕਿ ਬਹੁਤ ਹੀ ਟ੍ਰੈਂਡਿੰਗ ਚ ਗੱਡੀ ਰਹੀ ਹੋਈ ਹੈ ਇਹ ਪੁਰਾਣੇ ਵਾਲੀ ਸ਼ੇਪ ਅੱਜ ਕੱਲ ਨਵੀਂ ਜ਼ਿਆਦਾ ਟ੍ਰੈਂਡਿੰਗ ਹੋ ਗਈ ਪਰ ਉਹ ਮਿਲ ਵੀ ਨਹੀਂ ਰਹੀ ਬਹੁਤ ਸਾਰੇ ਲੋਕਾਂ ਨੂੰ ਤੇ ਇਸ ਕਰਕੇ ਪਹਿਲਾਂ ਇਹਦਾ ਵੀ ਬਹੁਤ ਕਰੇਜ਼ ਸੀ ਅਜੇ ਵੀ ਹੈਗਾ ਨਹੀਂ ਵਾਲੀ ਗੱਲ ਕੋਈ ਨਹੀਂ ਇਹਦਾ ਬਹੁਤ ਜ਼ਿਆਦਾ ਕਰੇਜ਼ ਹੈ ਵੀਰੇ ਕਿਉਂਕਿ ਜਿਹੜੀ ਨਵੀਂ ਆਈ ਆ ਥਾਰ ਵੀਰੇ ਉਹ ਤਾਂ ਇੱਕ ਮੰਨ ਕੇ ਚੱਲੋ ਲਗਜ਼ਰੀ ਹੋ ਗਈ ਕਾਰ ਜੀ ਹੋ ਗਈ ਹੈ ਨਾ ਚਲਾਉਣ ਨੂੰ ਜੀ ਨਹੀਂ ਕਰਦਾ ਇੰਨੇ ਪੈਸੇ ਲਾ ਕੇ ਇਹ ਵੀ ਗੱਲ ਤੁਹਾਡੀ ਸਹੀ ਹੈ ਤੇ ਖਾਨ ਭਾਈ ਫਿਰ ਇਹ ਕਿਹੜਾ ਮਾਡਲ ਆ ਤੇ ਇਹ ਚ ਆਪਾਂ ਕੀ ਕੀ ਕੀਤਾ ਹੋਇਆ ਹੈਗੀ ਵੀਰੇ 2005 ਮਾਡਲ ਜਿਹੜੇ ਮੈਂ 550 ਆ ਠੀਕ ਹੈ ਤੇ ਇਹ ਉਹ ਰੈਡੀ ਕੀਤੀ ਹੋਈ ਆ ਅੱਛਾ ਉਹ ਰੈਡੀ ਕੀਤੀ ਹੋਈ ਠੀਕ ਹੈ ਇਹ ਮਹਾਰਾਸ਼ਟਰ ਜਾਣੀ ਗੱਡੀ ਅੱਛਾ ਉੱਥੇ ਜਾਣੀ ਅਜੇ ਵੀ ਲੋਕਾਂ ਨੂੰ ਡਿਮਾਂਡ ਹੈਗੀ ਮਤਲਬ 550 ਤਿਆਰ ਕਰਾਉਣ ਠੀਕ ਹੈ ਠੀਕ ਹੈ ਬਈ ਇਹਦਾ ਵੀ ਫਰੰਟ ਬੰਪਰ ਦੇਖ ਸਕਦੇ ਹੋ ਐਲਈਡੀ ਲਾਈਟਸ ਜਿਹੜੀਆਂ ਰਿੰਗਸ ਇਹਦੇ ਲੱਗੀਆਂ ਹੋਈਆਂ ਨੇ ਫਰੰਟ ਤੋਂ ਵੀ ਇਹ ਪ੍ਰੋਪਰ ਜਾਲੀ ਲੱਗੀ ਹੋਈ ਹੈ ਇਹ ਚ ਅਲਟਰੇਸ਼ਨ ਜ਼ਿਆਦਾ ਨਹੀਂ ਕੀਤੀ ਬਾਈ ਨੇ ਬਲੈਕ ਇਹਨੂੰ ਪੇਂਟ ਕੀਤਾ ਹੈ ਬਾਰ ਲੱਗੀ ਹੋਈ ਹੈ ਲਾਈਟਸ ਲਾਈਆਂ ਨੇ ਮਹਿੰਦਰਾ ਦੇ ਸਾਰੇ ਓਰੀਜਨਲ ਲੋਗੋ ਵਗੈਰਾ ਟਾਇਰ ਇਹਨੂੰ ਬਾਈ ਨੇ 35 ਨੰਬਰ ਮੇਰੇ ਸਾਹ ਨਾਲ ਪਾਇਆ ਨਹੀਂ 33 ਨੰਬਰ ਹੈ ਅੱਛਾ 33 ਨੰਬਰ ਹੈ ਠੀਕ ਹੈ ਪਰ ਬਹੁਤ ਸੋਹਣਾ ਲੱਗ ਰਿਹਾ ਹੈ ਵੀ 33 ਨੰਬਰ ਨੂੰ ਲੋਏ ਵਿਦ ਸਟੀਲੀ ਜਿਹੜੇ ਲੋਏ ਹੁੰਦੇ ਉਹਦੇ ਨਾਲ ਪਾਇਆ ਹੋਇਆ ਤੇ ਅੰਦਰੋਂ ਪੇਂਟ ਵਗੈਰਾ ਤੁਸੀਂ ਦੇਖ ਸਕਦੇ ਸਾਰੀ ਇਹ ਹੋਈ ਹੋਈ ਹੈ ਗੱਡੀ ਤੇ ਇਹਦੇ ਵਿੱਚ ਖਾਨ ਭਾਈ ਫਿਰ ਇੰਜਨ ਕਿਹੜਾ ਰੱਖਿਆ ਇਹ ਚ ਵੀਰੇ ਮਹਿੰਦਰਾ ਡੀਏ ਟਰਬੋ ਚੱਡੀ ਏ ਟਰਬੋ ਜਿਆਦਾ ਵੀਰੇ ਇਹੀ ਵਧੀਆ ਰਹਿੰਦਾ ਇਹੀ ਰਹਿੰਦਾ ਠੀਕ ਹੈ ਇਹਦਾ ਮੇਨਟੇਨੈਂਸ ਘੱਟ ਆ ਇੰਜਨ ਦਾ ਵੀਰੇ ਸਾਊਂਡ ਵਗੈਰਾ ਤਾਂ ਚਲੋ ਮਹਿੰਦਰਾ ਇੰਜਨ ਦੀ ਹੁੰਦੀ ਹੈ ਇਹ ਇਹਦੀ ਬਾਈ ਸਾਰੀ ਸਾਈਡ ਤੋਂ ਲੁੱਕ ਹੈ ਤੇ ਬਾਈ ਹੁਣੀ ਹਾਰਟ ਟੌਪ ਵੀ ਕਰਦੇ ਆ ਜੇ ਕਿਸੇ ਨੇ ਮੈਟਲ ਹਾਰਟ ਟੌਪ ਜਾਂ ਸੈਮੀ ਹਾਰਟ ਟੌਪ ਕਰਾਉਣਾ ਉਹ ਵੀ ਕਰਾ ਸਕਦਾ ਇਹ ਸੈਮੀ ਹਾਰਟ ਟੌਪ ਹੋਇਆ ਤੇ ਲੀਕੇਜ ਵਗੈਰਾ ਦੀ ਬਾਈ ਉਹਨਾਂ ਦੀ ਫੁੱਲ ਗਾਰੰਟੀ ਹੁੰਦੀ ਹੈ ਸ਼ੀਸ਼ਾ ਇਹਦੇ ਚ ਬਾਈ ਨੇ ਵੱਡਾ ਪਾਇਆ ਠੀਕ ਹੈ ਤੇ ਇਹ ਇਹਦੀ ਬੈਕ ਤੋਂ ਸਾਰੀ ਲੁੱਕ ਆ ਜਾਂਦੀ ਹੈ ਬਾਈ ਤੇ ਬਹੁਤ ਸੋਹਣੀ ਪਿੱਛੋਂ ਵੀ ਤਿਆਰ ਹੋਈ ਹੋਈ ਹੈ ਵਿਦੇ ਦੇ ਪਿੱਛੇ ਵੀ ਟਾਇਰ ਲੋਏ ਦਿੱਤਾ ਹੋਇਆ ਤੇ ਇੱਕ ਚੀਜ਼ ਮੈਂ ਹਾਂ ਇਹਦਾ ਸਟੈਂਡ ਤੁਸੀਂ ਲੱਗ ਕੀਤਾ ਹੈ ਬਾਰੀ ਨਾਲ weight ਬਹੁਤ ਹੋ ਜਾਂਦਾ ਨਾ 33 ਨੰਬਰ ਓਕੇ weight ਕਾਫੀ ਹੋ ਜਾਂਦਾ ਤੇ ਫਿਰ ਆ ਪਿਛਲਾ ਬੰਪਰ ਜਿਹੜਾ ਉਹਦਾ ਕੀ ਕੀਤਾ ਹੈ ਵੈਸੇ ਉਹ ਮੈਟਲ ਦਾ ਬਣਾਉਣਾ ਪੈਂਦਾ ਹੁੰਦਾ ਤੇ ਤੁਸੀਂ ਉਹਦੇ ਤੇ ਹੀ ਕਰਤਾ ਕਿਦਾਂ ਨਹੀਂ ਨਹੀਂ ਇਹ ਵੀਰੇ ਉਦਾਂ ਹੀ ਲੱਗਿਆ ਹੋਇਆ ਇਹਦਾ ਹੀ ਅਲੱਗ ਬਣਾਇਆ ਹੋਇਆ ਕੱਲਾ ਇਹ ਅੱਛਾ ਵੱਖਰਾ ਬਣਾਇਆ ਹੋਇਆ ਅਲੱਗ ਬਣਾ ਕੇ ਉੱਤੋਂ ਕਵਰ ਕਰਤਾ ਇਹ ਕਵਰ ਕਰਤਾ ਠੀਕ ਨਹੀਂ ਇਹ ਵੀ ਚੀਜ਼ ਮੈਨੂੰ ਵਧੀਆ ਲੱਗੀ ਤੁਹਾਡੀ ਤੇ ਪਿੱਛੋਂ ਬਾਈ ਖੋਲਦੀ ਵੀ ਹੈਗੀ ਹੈ ਸਾਰੀ ਤੁਸੀਂ ਆਪਣੀ ਖੋਲ ਸਕਦੇ ਹੋ ਆਪਾਂ ਜਿਵੇਂ ਪਹਿਲੀ ਵੀਡੀਓ ਚ ਦਿਖਾਇਆ ਸੀ ਅੱਛਾ ਬੈੱਡ ਬਣਦਾ ਇਹਦੇ ਅੱਛਾ ਪ੍ਰੋਪਰ ਬੈੱਡ ਬਣ ਜਾਂਦਾ ਇੱਥੇ ਤੁਸੀਂ ਲਾ ਕੇ ਐ ਪੂਰਾ ਬੈੱਡ ਬਣ ਜਾਂਦਾ ਇਹ ਅੱਛਾ ਕੀ ਬਾਤ ਹੈ ਮਤਲਬ ਕਿ ਪ੍ਰੋਪਰ ਚੌੜੀ ਹੋ ਗਏ ਮਤਲਬ ਸੌਂ ਕੇ ਸਾਥ ਜਾ ਸਕਦਾ ਆਰਾਮ ਨਾਲ ਤੇ ਪਿੱਛੇ ਬੂਫਰ ਵਗੈਰਾ ਬਾਈ ਬਾਈ ਨੇ ਦਿੱਤਾ ਇੱਕ ਛੋਟਾ JBL ਦੀ ਬੇਸ ਲੱਗੀ ਹੋਈ ਹੈ ਠੀਕ ਹੈ ਪਿੱਛੋਂ ਸਾਰੀ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਬਾਈ ਨੇ ਕ੍ਰੀਮ ਇੰਟੀਰੀਅਰ ਕੀਤਾ ਜਿਹੜਾ ਕਿ ਬਹੁਤ ਹੀ ਸੋਹਣਾ ਲੱਗ ਰਿਹਾ ਛੱਤ ਵਗੈਰਾ ਵੀ ਬਾਈ ਨੇ ਸਾਰੀ ਇਹਦੀ ਕ੍ਰੀਮ ਕੀਤੀ ਹੈ ਸਿਰ ਕੱਲਾ ਮੂਨਰੂਫ ਹੀ ਲਾਇਆ ਸਨਰੂਫ ਨਹੀਂ ਲਵਾਇਆ ਹਨਾ ਅਗਲੇ ਨੇ ਤੇ ਪਰ ਥੱਲੇ ਵੀ ਸਾਰੀ ਮੈਟਿੰਗ ਕ੍ਰੀਮ ਹੀ ਹੋਈ ਹੋਈ ਹੈ ਤੇ ਇਹ ਸਾਰੀ ਸਾਈਡ ਤੋਂ ਲੁੱਕ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਤੇ ਇਧਰੋਂ ਵੀ ਗੱਲ ਕੀਤੀ ਜਾਵੇ ਫਿਰ ਅੰਦਰ ਦੀ ਗੱਲ ਕੀਤੀ ਜਾਵੇ ਬਾਈ ਇਹ ਅੰਦਰੋਂ ਤੁਸੀਂ ਦੇਖ ਸਕਦੇ ਹੋ ਪਾਵਰ ਵਿੰਡੋ ਆਟੋ ਸਾਰੀ ਇਹ ਹੋਈ ਹੋਈ ਆ 4x4 ਹੀ ਹੈ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਡੈਸ਼ਬੋਰਡ ਵੀ ਓਰੀਜਨਲ ਬਾਈ ਨੇ ਨਵੀਂ ਥਾਰ ਦਾ ਹੀ ਯੂਜ਼ ਕਰਤਾ ਇਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਇਹ ਤਿਆਰ ਹੋਈ ਆ 550 ਜਾਂ ਕਿੱਦਾਂ ਤੇ ਇਹਦੇ ਵਿੱਚ ਵੀ ਆਮਰੈਸਟ ਵਗੈਰਾ ਤੁਹਾਨੂੰ ਸਾਰੇ ਮਿਲ ਜਾਣਗੇ ਮੂਨਰੂਫ ਬਾਈ ਨੇ ਇਹਦੇ ਵਿੱਚ ਯੂਜ਼ ਕੀਤੀ ਹੋਈ ਹੈ ਇੱਕ ਤੁਸੀਂ ਸਨਰੂਫ ਵੀ ਲਵਾ ਸਕਦੇ ਹੋ ਮੀਟਰ ਵਗੈਰਾ ਵੀ ਤੁਸੀਂ ਇਹਦੇ ਦੇਖ ਸਕਦੇ ਹੋ ਸਾਰੇ ਸਪੀਕਰਸ ਵਗੈਰਾ ਵੀ ਲੱਗੇ ਨੇ ਇਹਦੇ ਵਿੱਚ ਐਂਡਰੋਇਡ ਪਲੇਅਰ ਲੱਗਿਆ ਹੋਇਆ ਇੱਕ ਸਾਰਾ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਉਹ ਤੁਹਾਡੀ ਚੁਆਇਸ ਹੈ ਜਿੱਦਾਂ ਵੀ ਤੁਸੀਂ ਚਾਹੋ ਬਲੈਕ ਕਲਰ ਵਾਈਟ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕਿਸੇ ਕਲਰ 'ਚ ਵੀ ਕਰਵਾ ਸਕਦੇ ਹੋ ਤੇ ਖਾਨ ਭਾਈ ਫਿਰ ਇਹਨੂੰ ਕਿੰਨਾ ਕੁ ਟਾਈਮ ਲੱਗਦਾ ਇਹਨੂੰ ਵੀਰੇ ਜਾਨੀ ਕਿ ਹੁਣ ਆਪਣੇ ਕੋਲੇ ਇਸ ਟਾਈਮ ਜੇ ਆਰਡਰ ਕਰਦਾ ਕਸਟਮਰ ਤਾਂ 4 ਮਹੀਨੇ ਟਾਈਮ ਲੱਗੂ 4 ਮਹੀਨੇ ਟਾਈਮ ਲੱਗ ਜਾਂਦਾ ਠੀਕ ਹੈ ਬੱਲੇ ਤੇ ਇਹਦੀ ਕੀ ਕਾਸਟ ਪੈਂਦੀ ਹੈ ਫਿਰ ਇਹਦੀ ਵੀਰੇ ਕਾਸਟ 7.5 ਲੱਖ ਤੋਂ ਸਟਾਰਟਿੰਗ ਹੋ ਜਾਂਦੀ ਆਪਣੇ ਮਤਲਬ ਇਹ ਵਾਲੇ ਥਾਰ ਦੀ 7.5 ਤੋਂ ਥਾਰ ਸ਼ੁਰੂ ਹੋ ਜਾਂਦੀ ਹੈ ਤੇ ਨੰਬਰ ਵਗੈਰਾ ਕਿਤੋਂ ਦਾ ਵੀ ਫਿਰ ਦਾ ਮਿਲ ਜਾਂਦਾ ਹੈ ਨੰਬਰ ਵੀਰੇ ਪੰਜਾਬ ਨੰਬਰ ਵੀ ਮਿਲ ਜੂਗੀ ਓਕੇ ਹਾਂ ਤੇ ਆਪਾਂ ਐਨਓਸੀ ਦੇ ਦਾਂਗੇ ਜੇ ਮੈਂ ਅਲੱਗ ਸਟੇਟ ਦੇ ਵਿੱਚ ਜਾਣੀ ਆ ਅੱਛਾ ਉਹ ਦੇ ਦਾ ਇੱਕ ਆਪਾਂ ਗੱਲ ਹੋਰ ਵੀਡੀਓ ਦੇ ਵਿੱਚ ਕਲੀਅਰ ਕਰਦੇ ਨੇ ਕਿ ਆਪਣੇ ਕੋਲੇ ਓਰੀਜਨਲ ਗੱਡੀਆਂ ਜਿਵੇਂ CRT ਥਾਰ ਆ ਕਿਉਂਕਿ 550 ਅੱਗੇ ਨਾਲ ਆਪਾਂ ਕਾਫੀ ਘਟਾ ਚੁੱਕੇ ਆ ਠੀਕ ਹੈ ਓਰੀਜਨਲ ਥਾਰਾਂ ਹੁੰਦੀਆਂ 2013 14 ਮਾਡਲ ਤੋਂ ਲੈ ਕੇ 18-19 ਮਾਡਲ ਤੱਕ ਉਹ ਵੀ ਮਿਲ ਜਾਂਦੇ ਨੇ ਥਾਰ ਮਿਲ ਜਾਂਦੀ ਸੀ ਕੀ ਬਾਤ ਇਹ ਵੀ ਚੀਜ਼ ਚਲੋ ਵਧੀਆ ਤੇ ਦੋਸਤੋ ਹੁਣ ਗੱਲ ਕੀਤੀ ਜਾਵੇ ਬਾਈ ਦੇ ਅੰਦਰ ਵੀ ਹੋਰ ਗੱਡੀਆਂ ਵੀ ਖੜੀਆਂ ਨੇ ਵੈਸੇ ਤੇ ਜਿਪਸੀਆਂ ਵਗੈਰਾ ਵੀ ਤਿਆਰ ਹੋ ਰਹੀਆਂ ਨੇ ਤੇ ਇਹ ਅੰਦਰ ਇੱਕ ਥਾਰ ਆ ਜਿਹੜੀ ਇਹਦਾ ਕੰਮ ਚੱਲ ਰਿਹਾ ਹੈ ਜੇ ਗੱਡੀ ਦਾ ਤੇ ਜਿਹੜਾ ਕਿ ਛੋਟਾ ਮੋਟਾ ਕੰਮ ਇਹਦਾ ਚੱਲਦਾ ਹੀ ਰਹਿੰਦੇ ਨੇ ਜਿਹਨਾਂ ਦੇ ਬਾਈ ਦਾ ਸਾਰਾ ਗਰਾਜ ਆ ਬਾਈ ਨੇ ਇੱਥੇ ਵੱਡਾ ਪੋਸਟਰ ਵੀ ਲਾਇਆ ਹੋਇਆ ਜਿੱਥੇ ਕਿ ਬਹੁਤ ਸਾਰੀਆਂ ਗੱਡੀਆਂ ਤਿਆਰ ਕੀਤੀਆਂ ਹੋਈਆਂ ਨੇ ਇਹ ਤੁਸੀਂ ਦੇਖ ਸਕਦੇ ਸਾਰਾ ਗਰਾਜ ਜਿਹੜਾ ਇਹ ਜਿਪਸੀ ਬਾਈ ਹੋਣੀ ਮਤਲਬ ਇਹ ਆਰਮੀ ਨੂੰ ਤੁਸੀਂ ਲਿਆ ਕੇ ਫਿਰ ਪ੍ਰੋਪਰ ਜਿਪਸੀ ਤਿਆਰ ਆਰਮੀ ਵਾਲੀ ਆਏ ਨੇ ਠੀਕ ਹੈ ਤੇ ਬਾਈ ਇਹਦੇ ਸਾਰਾ ਇਹਦਾ ਕੰਮ ਹੋਣਾ ਹੈ ਸਾਰੀ
ਤੇ ਖਣ ਵੀ ਹੁਣ ਜੇ ਕਿਸੇ ਨੇ ਆਰਡਰ ਕਰਨਾ ਜਾਂ ਕੋਈ ਲੱਗਦਾ ਕਿਸੇ ਨੂੰ ਕੋਈ ਪਸੰਦ ਆਈ ਹੋਵੇ ਉਹਦਾ ਤੁਸੀਂ ਕੀ ਪ੍ਰੋਸੀਜਰ ਰੱਖਿਆ ਉਹ ਤਾਂ ਫਿਰ ਬੁਕਿੰਗ ਅਮਾਊਂਟ ਆਪਾਂ ਲੈਨੇ ਆ 50,000 ਜਾਂ 1,00,000 ਰੁਪਏ ਆਪਾਂ ਐਡਵਾਂਸ ਲੈਨੇ ਆ ਠੀਕ ਹੈ ਹਾਂ ਜਿਵੇਂ ਕਸਟਮਰ ਨੇ ਬੁੱਕ ਕਰਨੇ ਤਾਂ ਆਪਣੇ ਪੇਜ ਵਗੈਰਾ ਤੇ ਫੋਟੋ ਵਗੈਰਾ ਦੇਖ ਸਕਦੇ ਆ ਦੇਖ ਸਕਦੇ ਠੀਕ ਹੈ ਤੇ ਜਦੋਂ ਇਹ ਬਾਹਰ ਜਾਣੀਆਂ ਨੇ ਠੀਕ ਹੈ ਹੁਣ ਮੰਨ ਲਓ ਆਪਾਂ ਇਥੋਂ 6,00,000 ਦੀ ਗੱਡੀ ਦੇਤੀ ਬਿੱਲੀ ਤਿਆਰ ਕਰਕੇ ਉਹ ਬਾਹਰ ਜਾਣ ਦਾ ਜਿਹੜਾ ਖਰਚਾ ਆ ਤੇ ਉਹਨੂੰ ਕਿੰਨਾ ਟਾਈਮ ਲੱਗਦਾ ਉਹ ਕੀ ਸਿਸਟਮ ਆ ਬਾਹਰ ਜਾਣ ਦਾ ਖਰਚਾ ਵੀਰੇ ਅਲੱਗ ਆ ਯਾਨੀ ਕਿ ਇਸ ਟਾਈਮ ਹੈਗਾ ਵੀਰੇ 4-5 ਲੱਖ ਰੁਪਏ ਕਿਹੜੀ ਕੰਟਰੀ ਦਾ 4-5 ਲੱਖ ਕੈਨੇਡਾ ਵੀਰੇ ਕੈਨੇਡਾ ਇੱਕ ਗੱਡੀ ਦਾ ਹਾਂ ਇੱਕ ਤੇ ਕਿੰਨਾ ਟਾਈਮ ਲੱਗਦਾ ਟਾਈਮ ਵੀਰੇ ਲੱਗ ਜਾਂਦੇ 2 ਮਹੀਨੇ ਤੇ 2 ਮਹੀਨੇ ਆਰਾਮ ਨਾਲ ਲੱਗ ਜਾਂਦੇ ਠੀਕ ਹੈ 2 ਤੋਂ 2.5 ਮਹੀਨੇ ਮੰਨ ਕੇ ਚੱਲੀਏ ਲੱਗ ਜਾਂਦੇ ਠੀਕ ਹੈ ਤੇ ਬਾਕੀ ਉਹ ਬਾਈ ਤੁਸੀਂ ਬਾਈ ਨਾਲ ਫੋਨ ਤੇ ਵੀ ਡਿਸਕਸ਼ਨ ਕਰ ਸਕਦੇ ਹੋ ਵੀ ਕਿੱਦਾਂ ਕਿੱਦਾਂ ਕਿਹੜੀ ਕੰਟਰੀ ਤੁਸੀਂ ਗੱਲ ਕਰ ਰਹੇ ਹੋ ਕਿੱਥੇ ਚਾਹੁੰਦੇ ਹੋ ਜ਼ਰੂਰੀ ਨਹੀਂ ਬਾਹਰ ਵਾਲੇ ਇਹ ਵਲੌਗ ਦੇਖ ਰਹੇ ਹੋਣੇ ਮੈਨੂੰ ਪਤਾ ਪੰਜਾਬ ਵਾਲੇ ਜਾਂ ਕਿਤੇ ਹੋਰ ਵਾਲੇ ਵੀ ਦੇਖ ਰਹੇ ਹੋਣਗੇ ਤੇ ਤੁਸੀਂ ਪੰਜਾਬ 'ਚ ਵੀ ਜੇ ਚਾਹੁੰਦੇ ਹੋ ਜਾਂ ਕਿਸੇ ਹੋਰ ਸਟੇਟ 'ਚ ਵੀ ਗੱਡੀ ਚਾਹੁੰਦੇ ਤਾਂ ਬਾਈ ਹੁਣ ਉੱਥੇ ਵੀ ਕਰ ਦਿੰਦੇ ਕੋਈ ਚੱਕਰ ਨਹੀਂ ਹੈਗਾ ਤੇ ਇਸ ਕਰਕੇ ਉਹ ਚੀਜ਼ ਹੈ ਤੇ ਖਾਨ ਵੀ ਆਪਾਂ ਕਿੰਨੇ ਤੋਂ ਕਿੰਨੇ ਅਵੇਲੇਬਲ ਹੁੰਨੇ ਆ ਤੇ ਆਪਾਂ ਇੱਕ ਵਾਰੀ ਆਪਣਾ ਨੰਬਰ ਵਗੈਰਾ ਦੋਹਰਾ ਰਿਪੀਟ ਕਰ ਦਈਏ 9 ਤੋਂ 6 ਵਜੇ ਆਪਾਂ ਅਵੇਲੇਬਲ ਹੁੰਨੇ ਆ ਬਾਕੀ ਸੰਡੇ ਨੂੰ ਤੁਸੀਂ ਕਾਲ ਕਰਕੇ ਆ ਸਕਦੇ ਹੋ ਜੇ ਕਿਸੇ ਵੀ ਕਸਟਮਰ ਨੇ ਵਿਜ਼ਿਟ ਕਰਨਾ ਓਕੇ ਉਹ ਤਾਂ ਆਪਾਂ ਮਤਲਬ ਵੈਸੇ ਫ੍ਰੀ ਹੁੰਨੇ ਸੇ ਗੱਡੀਆਂ ਆਪਾਂ ਦਿਖਾ ਦਿੰਨੇ ਹਾਂਜੀ ਠੀਕ ਹੈ ਇਹ ਵੀ ਚੀਜ਼ ਹੈ ਵੈਸੇ ਵੀ ਬਾਈ ਜੇ ਕੋਈ ਆਉਣਾ ਚਾਹੁੰਦਾ ਤੇ ਆ ਸਕਦਾ ਮੋਗੇ ਕੋਈ ਚੱਕਰ ਨਹੀਂ ਹੈਗਾ ਤੇ ਬਾਈ ਉਹਨਾਂ ਦੇ ਹੋਰ ਵੀ ਮੈਂ ਬਲੌਗਸ ਪਾਏ ਨੇ ਬਾਈ ਉਹਨਾਂ ਦੇ ਮਤਲਬ ਲਾਈਕ ਕਾਫੀ ਇਸ ਚੀਜ਼ 'ਚ ਫੇਮਸ ਨੇ ਤੇ ਬਹੁਤ ਵਧੀਆ ਲੱਗਿਆ ਖਾਨ ਬਈ ਕਿ ਨਵੇਂ ਚੀਜ਼ਾਂ ਤਿਆਰ ਕਰਦੇ ਹੋ ਤੇ ਮੇਰੇ ਥਰੂ ਵਿਊਵਰਸ ਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਜੇ ਕਿਸੇ ਨੂੰ ਬਾਈ ਪਸੰਦ ਨੇ ਜਾਂ ਕੋਈ ਕੰਮ ਲੈਣਾ ਵੀ ਚਾਹੁੰਦਾ ਗੱਡੀ ਮੈਨੂੰ ਪਤਾ ਹਰੇਕ ਦੇ ਸ਼ੌਂਕ ਹੁੰਦੇ ਨੇ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਹੋ ਬਾਈ ਨਾਲ ਗੱਲ ਕਰਕੇ ਤੁਹਾਡੀ ਮਰਜ਼ੀ ਦੀ ਬਾਈ ਨੂੰ ਗੱਡੀ ਤਿਆਰ ਕਰਕੇ ਤੁਹਾਨੂੰ ਦੇ ਸਕਦੇ ਨੇ ਤੇ ਬਾਕੀ ਇੱਕ ਤੁਸੀਂ ਬਾਈ ਨੂੰ ਕਾਲ ਕਰੋ ਨੰਬਰ ਥੱਲੇ ਲੱਗੇ ਹੋਏ ਨੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਤੁਸੀਂ ਬਾਈ ਨੂੰ ਫੋਲੋ ਕਰ ਸਕਦੇ ਹੋ ਥੈਂਕ ਯੂ ਸੋ ਮਚ ਫਾਰ ਵਾਚਿੰਗ ਦਿਸ ਵਲੌਗ ਮਿਲਦੇ ਹਾਂ ਹੋਰ ਨਵੇਂ ਵਲੌਗ ਲੈ ਕੇ ਬਾਏ ਟੇਕ ਕੇਅਰ